ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ELD ਜਿਹੜੀ ਸਾਡੇ ਵੇਲੇ ਟਰੱਕਾਂ ਦੇ ਵਿੱਚ ਯੂਜ਼ ਹੁੰਦੀ ਆ Omni Tracks ਉਹ ਕਿਵੇਂ ਯੂਜ਼ ਕਰਨੀ ਆ ਉਹਦੇ ਬਾਰੇ ਤੁਹਾਨੂੰ ਸਮਝਾਵਾਂਗੇ ਹਰੇਕ ਆਪਸ਼ਨ ਤੇ ਹਰ ਇੱਕ ਜ਼ਰੂਰੀ ਆਪਸ਼ਨ ਜਿਹੜੀ ਤੁਹਾਨੂੰ ਯੂਜ਼ ਕਰਨੀ ਚਾਹੀਦੀ ਆ ਤੇ ਕਿੱਦਾਂ ਕਰਨੀ ਚਾਹੀਦੀ ਆ ਤੁਹਾਨੂੰ ਇੱਕ ਇੱਕ ਕਰਕੇ ਸਾਰਾ ਕੁਝ ਦੱਸਾਂਗੇ ਜੀ ਤੇ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰੀਏ ਲੌਗਇਨ ਤੋਂ ਇਹ ਜਿਹੜਾ ਬਟਨ ਆ ਜੀ ਇਹ ਹੈਗਾ ਹੋਮ ਬਟਨ ਪਹਿਲਾਂ ਤੁਹਾਨੂੰ ਦੱਸਦੀ ਮੈਂ ਬਟਨਾਂ ਬਾਰੇ ਤਾਂ ਇਸ ਮਾ ਵੀ ਕਿਹੜੇ ਕਿਹੜੇ ਬਟਨ ਬੁੱਕ ਤੇ ਹੈਗੇ ਆ ਹோம் ਬਟਨ ਆ ਜੀ ਇਹ ਦੱਬਨ ਨਾਲ ਤੁਸੀਂ ਹੋਮ ਮੈਨੂ ਤੇ ਆ ਜਾਓਗੇ ਆ ਜਿਹੜਾ ਬਟਨ ਹੈ ਹੈਗਾ ਬ੍ਰਾਈਟਨੈਸ ਘਟਾਉਣ ਜਾਂ ਵਧਾਉਣ ਦੀ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਸੈੱਟ ਕਰ ਸਕਦੇ ਹੋ ਜੀ ਆ ਹੈਗਾ ਆਵਾਜ਼ ਉੱਚੀ ਕਰਨ ਦੇ ਲਈ ਜਾਂ ਆਵਾਜ਼ ਹੌਲੀ ਕਰਨ ਦੇ ਲਈ ਮੇਕ ਸ਼ੋਰ ਕਰੋ ਕਿ ਦੀ ਆਵਾਜ਼ ਥੋੜੀ ਉੱਚੀ ਰਵੇ ਕਿਉਂਕਿ ਜਦੋਂ ਵੀ ਬੁੱਕ ਤੁਹਾਡੀ ਕਦੇ ਵੀ ਵਾਇਲੇਸ਼ਨ ਦੇ ਵਿੱਚ ਜਾਂਦੀ ਹੈ ਤਾਂ ਉਹ ਤੁਹਾਨੂੰ ਬੋਲ ਕੇ ਦੱਸ ਦਿੰਦੀ ਹੈ ਕਿ ਬੁੱਕ ਵਾਇਲੇਸ਼ਨ ਚ ਚੱਲ ਗਈ ਹੈ ਜੇ ਵਾਇ ਤੁਸੀਂ ਬਿਲਕੁਲ ਬੰਦ ਕੀਤੀ ਹੋਗੀ ਇਸ ਤਰ੍ਹਾਂ ਤਾਂ ਤੁਹਾਨੂੰ ਉਹ ਮੈਸੇਜ ਨਹੀਂ ਆਊਗਾ ਤੇ ਹੋ ਸਕਦਾ ਤੁਹਾਡੀ ਬੁੱਕ ਵਾਇਲੇਸ਼ਨ ਸ਼ੋ ਹੋਵੇ ਤੇ ਤੁਹਾਨੂੰ ਪਤਾ ਹੀ ਨਾ ਲੱਗੇ ਸੋ ਹਮੇਸ਼ਾ ਆਵਾਜ਼ ਨੂੰ 40 ਜੇ ਰੱਖਿਓ ਕਰੋ ਇਸ ਤੋਂ ਬਾਅਦ ਜਿਹੜੀ ਆਪਣਾ ਜੀ ਆ ਸਾਈਡ ਤੇ ਬਟਨ ਬਣਿਆ ਹੋਇਆ ਇਹ ਹੈਗਾ ਜੀ ਆਪਣਾ ਰੀਸੈਟ ਬਟਨ ਇਹਨੂੰ ਜੇ ਆਪਾਂ ਦਬ ਕੇ ਰੱਖੀਏ 10 ਸੈਕਿੰਡਾਂ ਵਾਸਤੇ ਤਾਂ ਬੁੱਕ ਆਪਣੀ ਰੀਸਟਾਰਟ ਹੋ ਜਾਂਦੀ ਹੁੰਦੀ ਹੈ ਜੀ ਸੋ ਇਹ ਤਾਂ ਹੈਗੇ ਨੇ ਇਹਦੇ ਜੇ ਬੁੱਕ ਦੇ ਉੱਪਰ ਜ਼ਰੂਰੀ ਬਟਨ ਹੁਣ ਆਪਾਂ ਆਹ ਜਿਹੜੀ ਇੱਕ ਇੱਕ ਐਪਸ ਆ ਇਹ ਐਪਸ ਨੂੰ ਡਿਸਕਸ ਕਰਾਂਗੇ ਜੀ ਜਿਦਾਂ ਆਪਣੇ ਫੋਨ ਦੇ ਵਿੱਚ ਆਪਾਂ ਐਪਸ ਇੰਸਟਾਲ ਕਰਦੇ ਹਾਂ ਇਸੇ ਤਰ੍ਹਾਂ ਇਹ ਬੁੱਕ ਦੇ ਵਿੱਚ ਵੀ ਅਲੱਗ-ਅਲੱਗ ਐਪਸ ਆ ਜਿਨ੍ਹਾਂ ਦਾ ਅਲੱਗ-ਅਲੱਗ ਕੰਮ ਤੇ ਆਪਾਂ ਇੱਕ ਇੱਕ ਕਰਕੇ ਸਾਰਿਆਂ ਦੇ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਸਭ ਤੋਂ ਜ਼ਰੂਰੀ ਐਪ ਆ ਉਹ ਹੈਗੀ ਆ ਡਰਾਈਵਰ ਲੌਗਇਨ ਐਪ ਕਿਉਂਕਿ ਡਰਾਈਵਰ ਲੌਗਇਨ ਐਪ ਦੇ ਵਿੱਚ ਜਾ ਕੇ ਹੀ ਆਪਾਂ ਆਪਣੇ ਆਈਡਿਜ਼ ਪਾ ਕੇ ਤੇ ਆਪਾਂ ਲੌਗਇਨ ਕਰ ਸਕਦੇ ਹਾਂ ਤਾਂ ਜਦੋਂ ਤੁਸੀਂ ਜੁਆਇਨ ਕਰੋਗੇ ਤਾਂ ਤੁਹਾਨੂੰ ਕੰਪਨੀ ਵੱਲੋਂ ਆਈਡੀਆਂ ਦਿੱਤੀਆਂ ਜਾਊਗੀਆਂ ਤੇ ਉਹ ਆਈਡੀ ਜਿਹੜੀ ਵੀ ਤੁਹਾਨੂੰ ਦਿੱਤੀ ਗਈ ਆ ਉਹ ਨੂੰ ਤੁਸੀਂ ਇੱਥੇ ਪਾਓ ਹੁਣ ਆਪਾਂ ਪ੍ਰੈਕਟਿਸ ਕਰਜੋ ਦੋ ਆਈਡੀਆਂ ਬਣਾਈਆਂ ਜਿਹੜੀਆਂ ਕਿ ਆਪਾਂ ਤੁਹਾਨੂੰ ਪਾ ਕੇ ਦਿਖਾਉਂਦੇ ਆ ਟੀ 1 2 ਪਾਸਵਰਡ ਹੈਗਾ ਸੋ ਜਦੋਂ ਆਪਾਂ ਓਕੇ ਦਬਾਵਾਂਗੇ ਤਾਂ ਆਪਾਂ ਨੂੰ ਬੁੱਕ ਪੁੱਛਦੀ ਆ ਕਿ ਤੁਸੀਂ ਕਿਹੜੇ ਸਟੇਟਸ ਦੇ ਵਿੱਚ ਲੌਗਇਨ ਕਰਨਾ ਹੈ ਸੋ ਤੁਸੀਂ ਆਫ ਡਿਊਟੀ 'ਚ ਵੀ ਲੌਗਇਨ ਕਰ ਸਕਦੇ ਆ ਔਨ ਡਿਊਟੀ 'ਚ ਵੀ ਕਰ ਸਕਦੇ ਆ ਤੇ ਸਲੀਪਰ 'ਚ ਵੀ ਕਰ ਸਕਦੇ ਆ ਸੋ ਆਪਾਂ ਹਰੇਕ ਨੂੰ ਇਹ ਦੱਸਦੇ ਆ ਕਿ ਹਮੇਸ਼ਾ ਆਫ ਡਿਊਟੀ ਦੇ ਵਿੱਚ ਹੀ ਲੌਗਇਨ ਕਰੋ ਇਹਦਾ ਰੀਜ਼ਨ ਇਹ ਆ ਕਿ ਜੇ ਤੁਸੀਂ ਆਫ ਡਿਊਟੀ 'ਚ ਲੌਗਇਨ ਕਰਦੇ ਹੋ ਤੇ ਜੇ ਤੁਸੀਂ ਸਮਝੋ ਰੀਸੈਟ ਕਰ ਰਹੇ ਹੋ ਤੇ ਤੁਸੀਂ ਬੁੱਕ ਲੌਗਇਨ ਕਰਨੀ ਆ ਹੁਣ ਦੇਖਣ ਲਈ ਕਿ ਤੁਹਾਡਾ ਰੀਸੈਟ ਪੂਰਾ ਹੋਇਆ ਕਿ ਨਹੀਂ ਹੋਇਆ ਜੇ ਤੁਸੀਂ ਔਨ ਡਿਊਟੀ 'ਚ ਪਾ ਕੇ ਕਰਿਆ ਤਾਂ ਤੁਹਾਡਾ ਰੀਸੈਟ ਟੁੱਟ ਸਕਦਾ ਹੋ ਸਕਦਾ ਤੁਹਾਡੇ ਹਜੇ 32 ਘੰਟੇ ਹੋਏ ਹੋਣ ਤੇ 2 ਘੰਟੇ ਬਰਹਿੰਦੇ ਹੋਣ ਤੇ ਤੁਸੀਂ ਔਨ ਡਿਊਟੀ 'ਚ ਪਾ ਕੇ ਲੌਗਇਨ ਕਰਤਾ ਤੇ ਤੁਹਾਡੀ ਬੁੱਕ ਦਾ ਜਿਹੜਾ 34 ਘੰਟੇ ਦਾ ਰੀਸੈਟ ਖਰਾਬ ਹੋ ਗਿਆ ਸੋ ਆਪਾਂ ਇਦਾਂ ਦੀ ਪ੍ਰੋਬਲਮਾਂ ਤੋਂ ਬਚਣ ਲਈ ਹਮੇਸ਼ਾ ਆਫ ਡਿਊਟੀ ਦੇ ਵਿੱਚ ਹੀ ਲੌਗਇਨ ਕਰਨਾ ਹੈ ਸੋ ਆਫ ਡਿਊਟੀ ਨੂੰ ਸਿਲੈਕਟ ਕਰੋ ਤੇ ਓਕੇ ਦਬੋ ਸੋ OK ਦਬੇ ਆ ਜੀ ਇੱਥੇ ਤੁਹਾਡਾ ਨਾਮ ਲਿਖ ਕੇ ਆ ਜੂਗਾ ਤੇ ਇਹਦੇ ਅੱਗੇ ਐਕਟਿਵ ਲਿਖ ਕੇ ਆ ਜੂਗਾ ਇਹਦਾ ਮਤਲਬ ਇਹ ਡਰਾਈਵਰ ਹੁਣ ਚੱਲਣ ਲਈ ਤਿਆਰ ਆ ਤੇ ਜੇ ਤਾਂ ਤੁਸੀਂ ਸੋਲੋ ਚੱਲਦੇ ਹੋ ਫਿਰ ਤਾਂ ਤੁਹਾਡਾ ਕੰਮ ਇੱਥੇ ਹੀ ਖਤਮ ਹੋ ਜਾਂਦਾ ਇੱਥੇ ਇਸ ਆਪਸ਼ਨ ਦੇ ਵਿੱਚ ਪਰ ਜੇ ਤੁਸੀਂ ਟੀਮ ਦੇ ਵਿੱਚ ਚੱਲਦੇ ਹੋ ਤਾਂ ਆਪਾਂ ਨੂੰ ਦੂਜਾ ਡਰਾਈਵਰ ਐਡ ਕਰਨਾ ਪੈਂਦਾ ਨਾਲ ਜੇ ਆਪਾਂ ਇਹ ਕੋਡ ਡਰਾਈਵਰ ਨੂੰ ਨਹੀਂ ਐਡ ਕਰਦੇ ਤਾਂ ਉਸ ਦੀ ਆਪਾਂ ਨੂੰ ਵਾਇਲੇਸ਼ਨ ਮਿਲ ਸਕਦੀ ਹੈ ਜੇ ਅੱਖਰ ਦੇ ਵੀ ਆਪਣੀ ਚੈਕਿੰਗ ਜਾਂ ਸਕੇਲ ਤੇ ਇਨਸਪੈਕਸ਼ਨ ਹੁੰਦੀ ਆ ਉਦੋਂ ਸੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਕੋ ਡਰਾਈਵਰ ਕਿਵੇਂ ਐਡ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਐਡ ਤੇ ਕਲਿੱਕ ਕਰਨਾ ਹੈ ਜੀ ਐਡ ਤੇ ਕਲਿੱਕ ਕਰਕੇ ਆਪਾਂ ਦੂਜੇ ਡਰਾਈਵਰ ਦੀ ਆਈਡੀ ਪਾ ਦਣੀ ਹੈ ਇਹਦੇ ਜਿਵੇਂ ਆਪਾਂ ਸੇਮ ਹੀ ਕਰਾਂਗੇ ਇਹਨੂੰ ਵੀ ਆਫ ਡਿਊਟੀ 'ਚ ਰੱਖਾਂਗੇ ਆਪਾਂ ਨੇ ਚਾਹੁੰਦੇ ਕਿ ਆਪਣੇ ਦੂਜੇ ਡਰਾਈਵਰ ਦੀ ਬੁੱਕ ਵੀ ਸਟਾਰਟ ਹੋਵੇ ਤੇ ਜੇ ਦੇਖਿਆ ਘੰਟੇ ਖਰਾਬ ਹੋਣ ਸੋ ਇਸ ਕਰਕੇ ਓਕੇ ਦੱਬਿਆ ਜੀ ਸੋ ਹੁਣ ਜੇ ਤੁਸੀਂ ਦੇਖਦੇ ਹੋ ਦਿਖ ਰਹੇ ਹੋ ਤਾਂ ਆਪਣੀਆਂ ਦੋਵੇਂ ਬੁੱਕਸ ਐਕਟ ਲੌਗਇਨ ਹੋ ਗਈਆਂ ਹੋਈਆਂ ਇੱਥੇ ਜਿੱਥੇ T1234 ਜਾਂ T2345 ਲਿਖਿਆ ਇੱਥੇ ਤੁਹਾਨੂੰ ਤੁਹਾਡੇ ਨੇਮ ਨਾਮ ਦਿਖਿਆ ਆਉਣਗੇ ਜੀ ਤੇ ਜਦੋਂ ਨਾਮ ਆ ਗਏ ਤਾਂ ਮੀਨਸ ਤੁਸੀਂ ਬੁੱਕ ਯੂਜ਼ ਕਰਨ ਲਈ ਤਿਆਰ ਹੋ ਤੇ ਜਿਹਦੇ ਨਾਮ ਦੇ ਅੱਗੇ ਐਕਟਿਵ ਲਿਖਿਆ ਹੋਇਆ ਉਹ ਬੰਦਾ ਡਰਾਈਵ ਕਰਨ ਲਈ ਤਿਆਰ ਆ। ਸੋ ਇੱਥੇ ਤਾਂ ਹੋ ਗਿਆ ਆਪਣਾ ਲੌਗ ਇਨ ਦਾ ਕੰਮ। ਹੁਣ ਸਮਝੀਏ ਕਿ ਆਪਾਂ ਜੇ ਸਮਝੋ ਕਿ ਇਹ ਵਾਲੇ ਜਿਹੜਾ ਬੰਦਾ ਹੈ ਇਹਦੀ 10 ਘੰਟੇ ਦੀ ਡਰਾਈਵ ਹੋ ਗਈ ਆ ਪੂਰੀ। ਤਾਂ ਹੁਣ ਇਸ ਬੰਦੇ ਨੇ ਡਰਾਈਵ ਕਰਨੀ ਆ ਯਾਨੀ ਕਿ ਕੋ ਡਰਾਈਵਰ ਨੇ ਡਰਾਈਵ ਕਰਨੀ ਆ ਤਾਂ ਆਪਾਂ ਕੀ ਕਰਨਾ ਹੈ? ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੇ ਨਾਮ ਲਿਖ ਕੇ ਆ ਗਿਆ ਤੇ ਹੁਣ ਜਿਹੜਾ ਡਰਾਈਵਰ ਟ੍ਰੇਨੀ 2 ਆ ਇਨੇ ਡਰਾਈਵ 121 ਨੂੰ ਰਿਪਲੇਸ ਕਰਨਾ ਯਾਨੀ ਕਿ 21 ਦੀ ਡਰਾਈਵ ਖਤਮ ਹੋ ਗਈ ਹੈ ਜੇ ਉਹਦੀ ਡਰਾਈਵ ਖਤਮ ਹੋ ਗਈ ਤਾਂ ਆਪਣੇ ਆਪ ਨੂੰ ਸਲੀਪਰ ਬਰਥ ਵਿੱਚ ਪਾਊਗਾ ਉਹ ਕਿਵੇਂ ਪਾਉਣਾ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਇੱਥੇ ਸਿਰਫ ਤੁਸੀਂ ਇਹਨਾਂ ਸਮਝੋ ਕਿ 21 ਨੇ ਆਪਣੇ ਆਪ ਨੂੰ ਸਲੀਪ ਚ ਪਾਤਾ ਹੋਇਆ ਆਲਰੇਡੀ ਤੇ ਹੁਣ 22 ਨੇ ਐਕਟਿਵ ਹੋਣਾ ਹੈ ਸੋ ਐਕਟਿਵ ਕਿਵੇਂ ਕਰਨਾ ਹੈ ਜਿਹੜਾ ਵਿੱਚ ਚੇਂਜ ਬਟਨ ਹੈ ਇਹਨੂੰ ਦਬਾਓ ਇਹਨੂੰ ਦਬਣ ਤੋਂ ਬਾਅਦ ਆ ਦੇਖੋ ਮੈਸੇਜ ਆ ਗਿਆ ਕਿ 22 ਆ ਜਿਹੜਾ ਉਹ ਟ੍ਰੇਨੀ 1 ਨੂੰ ਰਿਪਲੇਸ ਕਰ ਰਿਹਾ ਹੈ ਦਾ ਮਤਲਬ ਤੁਸੀਂ ਓਕੇ ਦੱਬੋ ਇਹਨੂੰ ਓਕੇ ਦੱਬ ਕੇ ਇਹ ਟ੍ਰੇਨੀ 1 ਦਾ ਪਾਸਵਰਡ ਮੰਗ ਰਿਹਾ ਜਾਨਕਿ ਜਿਹੜਾ ਪਹਿਲਾਂ ਡਰਾਈਵਰ ਚੱਲ ਰਿਹਾ ਸੀ ਉਹਦਾ ਪਾਸਵਰਡ ਮੰਗ ਰਿਹਾ ਉਹਦਾ ਪਾਸਵਰਡ ਪਾ ਦਿਓ ਉਹਦਾ ਪਾਸਵਰਡ ਪਾਉਣ ਤੋਂ ਬਾਅਦ ਜੇ ਤੁਸੀਂ ਦੇਖ ਰਹੇ ਹੋ ਤਾਂ ਹੁਣ ਆਹ ਐਕਟਿਵ ਟ੍ਰੇਨੀ 2 ਦੇ ਅੱਗੇ ਲਿਖਿਆ ਆ ਗਿਆ ਇਹਦਾ ਮਤਲਬ ਇਹ ਆ ਕਿ ਦੂਜਾ ਡਰਾਈਵਰ ਚਲਾਉਣ ਲਈ ਰੈਡੀ ਹੋ ਚੁੱਕਿਆ ਹੈ ਸੋ ਇੱਥੇ ਆਪਣਾ ਕੰਮ ਸਿਰਫ ਇੰਨਾ ਕੀ ਹੈ ਜੀ ਇਹ ਵਾਲੀ ਆਪਸ਼ਨ ਦਾ ਇਹਨੂੰ ਸਿਰਫ ਆਪਾਂ ਐਡ ਕਰਨ ਲਈ ਡਰਾਈਵਰ ਜਾਂ ਫਿਰ ਜਦੋਂ ਤੁਹਾਡੀ ਸ਼ਿਫਟ ਖਤਮ ਹੁੰਦੀ ਹੈ ਜਾਨਕੀ ਤੁਹਾਡੇ ਤੁਸੀਂ 34 ਘੰਟੇ ਦੀ ਜਾਣਾ ਟਰੱਕ ਖੜਾ ਕੇ ਯਾਰਡ 'ਚ ਤਾਂ ਤੁਸੀਂ ਲੌਗ ਆਊਟ ਕਰ ਸਕਦੇ ਆ ਲੌਗ ਆਊਟ ਦਬੋ ਤੇ ਜਿਹੜੀ ਵੀ ਤੁਸੀਂ ਸਟੇਟਸ ਚੂਜ਼ ਕਰਨਾ ਆਫ ਡਿਊਟੀ ਕਰਨਾ 슬ੀਪਰ ਕਰਨਾ ਜਾਂ ਲੌਗ ਆਊਟ ਕਰ ਦਿਓ ਪਰ ਜੇ ਤੁਸੀਂ ਟਰੱਕ ਛੱਡ ਕੇ ਜਾਣਾ ਤਾਂ ਹਮੇਸ਼ਾ ਆਪਾਂ ਆਫ ਡਿਊਟੀ ਹੀ ਸਿਲੈਕਟ ਕਰਦੇ ਆ ਸੋ ਇਹ ਤਾਂ ਸੀਗੇ ਜੀ ਆਪਣੀ ਡਰਾਈਵਰ ਲੌਗ ਇਨ ਆਪਸ਼ਨ ਤੇ ਆਪਾਂ ਆਪਣਾ ਡਿਊਟੀ ਸਟੇਟਸ ਕਿਵੇਂ ਚੇਂਜ ਕਰੀਏ ਤੇ ਕਿਵੇਂ ਦੂਜੇ ਡਰਾਈਵਰ ਨੂੰ ਐਕਟਿਵ ਬਣਾਈਏ ਬਸ ਇੱਕ ਗੱਲ ਦਾ ਜ਼ਰੂਰ ਧਿਆਨ ਦੇਣਾ ਜਿਹਦੇ ਨਾਮ ਉਰੇ ਐਕਟਿਵ ਹੋਊਗਾ ਉਹੀ ਬੰਦਾ ਟਰੱਕ ਚਲਾ ਸਕਦਾ ਹੈ ਜੇ ਸਮਝੋ ਇਹਦੇ ਨਾਮ ਦੇ ਅੱਗੇ ਇਹਨੇ ਟਰੱਕ ਚਲਾਉਣਾ ਦੇ ਦੇ ਨਾਮ ਦੇ ਅੱਗੇ ਐਕਟਿਵ ਨਹੀਂ ਲਿਖਿਆ ਇਹਦਾ ਮਤਲਬ ਹੈ ਜੇ ਡਿਊਟੀ ਸਟੇਟਸ ਚੇਂਜ ਨਹੀਂ ਹੋਇਆ ਦੁਬਾਰਾ ਚੇਂਜ ਦੱਬੋ ਤੇ ਦੁਬਾਰਾ ਚੇਂਜ ਕਰੋ ਤੇ ਜਦੋਂ ਐਕਟਿਵ ਲਿਖ ਕੇ ਆ ਗਿਆ ਉਦੋਂ ਹੀ ਆਪਾਂ ਅਗਲੀ ਆਪਸ਼ਨ ਤੇ ਜਾਣਾ ਹੁਣ ਆਪਣਾ ਇਹ ਡਰਾਈਵਰ ਲੌਗਇਨ ਦਾ ਕੰਮ ਹੋ ਗਿਆ ਖਤਮ ਹੁਣ ਆਪਾਂ ਦੇਖਾਂਗੇ ਦੂਜੀਆਂ ਆਪਸ਼ਨਸ ਬੁੱਕ ਦੇ ਆਪਣੀ ਸਭ ਤੋਂ ਦੂਜੀ ਸਭ ਤੋਂ ਜਿਹੜੀ ਜ਼ਰੂਰੀ ਆਪਸ਼ਨ ਹੈਗੀ ਆ ਜਿਹੜੀ ਐਪ ਹੈਗੀ ਆ ਬੁੱਕ ਤੇ ਉਹ ਹੈਗੀ ਆ ਆਵਰਜ਼ ਆਫ ਸਰਵਿਸ ਦੀ ਆਵਰਜ਼ ਆਫ ਸਰਵਿਸ ਦੀ ਹੀ ਐਪ ਆ ਜਿਹਦੇ ਵਿੱਚ ਜਾ ਕੇ ਆਪਾਂ ਆਪਣਾ ਸਾਰਾ ਕੰਮ ਕਰਨਾ ਸਾਰੇ ਚੀਜ਼ਾਂ ਆਪਾਂ ਚੇਂਜ ਕਰਦੀਆਂ ਜਾਂ ਜੋ ਵੀ ਕਰਨਾ ਸੋ ਇਹਦੇ ਵਿੱਚ ਆ ਦੇਖੋ ਡਿਫਰੈਂਟ ਡਿਫਰੈਂਟ ਟੈਬਸ ਹੈਗੇ ਆ ਉੱਤੇ ਆਪਾਂ ਬਾਰੀ-ਬਾਰੀ ਕਰਕੇ ਤੁਹਾਨੂੰ ਸਾਰੇ ਟੈਬ ਸਮਝਾਵਾਂਗੇ ਤੇ ਇੱਕ-ਇੱਕ ਕਰਕੇ ਆਪਾਂ ਇੱਥੋਂ ਕਰੀਏ ਸ਼ੁਰੂ ਹੋਣੀ ਜੀ ਹੁਣ ਆਪਾਂ ਆ ਜੀਏ ਪਹਿਲੀ ਆਪਸ਼ਨ ਦੇ ਵਿੱਚ ਟ੍ਰੇਨ ਜਿਹਦੇ ਵਿੱਚ ਆਪਾਂ ਹੈਗਾ ਸਟੇਟਸ ਸੋ ਸਟੇਟਸ ਦੇ ਵਿੱਚ ਹੀ ਜਾ ਕੇ ਆਪਾਂ ਆਪਣੇ ਸਟੇਟਸ ਨੂੰ ਚੇਂਜ ਕਰ ਸਕਦੇ ਆ ਜਾਨੀ ਕਿ ਆਪਾਂ ਆਪਣੇ ਆਪ ਨੂੰ ਆਨ ਡਿਊਟੀ ਪਾ ਸਕਦੇ ਆ ਜਾਂ ਆਫ ਡਿਊਟੀ ਪਾ ਸਕਦੇ ਆ ਸੋ ਪਹਿਲਾਂ ਆਪਾਂ ਜਾ ਕੇ ਇਹਨੂੰ ਚੇਂਜ ਕਰਨ ਦੀ ਤੱਬੀ ਇਹ ਚੇਂਜ ਬਟਨ ਸਟੇਟਸ ਚੇਂਜ ਜੇ ਚੇਂਜ ਦੱਬੂਗੇ ਤਾਂ ਤੁਹਾਡੇ ਕੋਲ ਇੱਥੇ ਸਾਰੀਆਂ ਆਪਸ਼ਨਸ ਆ ਜਾਣਗੀਆਂ ਜੋ ਜੋ ਤੁਸੀਂ ਕਰ ਸਕਦੇ ਹੋ ਸੋ ਹੁਣ ਲੈਟਸ ਸੇ ਕਿ ਜਿਹੜਾ ਡਰਾਈਵਰ ਆ ਉਹਨੇ ਆਪਣੇ ਆਪ ਉਹਨੇ ਪ੍ਰੀ ਟ੍ਰਿਪ ਕਰਨਾ ਹੈ ਤੋ ਨੇ ਜੀ ਡਿਊਟੀ ਸ਼ੁਰੂ ਕਰਨੀ ਆ ਸਭ ਤੋਂ ਪਹਿਲਾਂ ਆਨ ਡਿਊਟੀ ਚ ਪਾਊਗਾ ਆਪਣੀ ਬੁੱਕ ਨੂੰ ਕਿਉਂਕਿ ਆਪਾਂ ਪ੍ਰੀ ਟ੍ਰਿਪ ਫਿਊਲ ਜਾਂ ਲੋਡ ਪਿਕਅਪ ਡਿਲੀਵਰੀ ਸਕੇਲ ਇਨਸਪੈਕਸ਼ਨ ਇਦਾਂ ਦੇ ਸਾਰੇ ਜ਼ਰੂਰੀ ਕੰਮ ਆਨ ਡਿਊਟੀ ਵਿੱਚ ਹੀ ਕਰਦੇ ਆ ਉਹ ਆਨ ਡਿਊਟੀ ਪਾਊਗਾ ਤੇ ਫਿਰ ਉਹ ਚੂਜ਼ ਕਰੂਗਾ ਉਹ ਕੀ ਕਰ ਰਿਹਾ ਉਹ ਪ੍ਰੀ ਟ੍ਰਿਪ ਕਰ ਰਿਹਾ ਹੈ ਉਹ ਪੋਸਟ ਟ੍ਰਿਪ ਕਰ ਰਿਹਾ ਫਿਊਲ ਕਰ ਰਿਹਾ ਸਕੇਲ ਇਨਸਪੈਕਸ਼ਨ ਜੋ ਵੀ ਉਹ ਕਰ ਰਿਹਾ ਉਹ ਉਹਨੂੰ ਰਿਮਾਰਕ ਚ ਪਾਊਗਾ ਇਸੇ ਆਪਾਂ ਦੇਖ ਸਕਦੇ ਆ ਕਿ ਇਹ ਲਿਸਟ ਥੱਲੇ ਵੀ ਜਾਂਦੀ ਆ ਜਿੱਤੇ ਜ ਹੋਰ ਆਪਸ਼ਨਸ ਹੋਣੀਆਂ ਸੋ ਇਹਦੇ ਵਿੱਚ ਹੁਣ ਆਪਾਂ ਪ੍ਰੀ ਟ੍ਰਿਪ ਕਰਨ ਦਾ ਤਾਂ ਪ੍ਰੀ ਟ੍ਰਿਪ ਪ ਇਨੂੰ ਆਹ ਵਾਲੇ ਬਟਨ ਦੱਬ ਕੇ ਸਕਰੀਨ ਹੋਰ ਕੀਬੋਰਡ ਗਿਆ ਤੇ ਆਪਾਂ ਦੱਬਤਾ ਓਕੇ ਹੁਣ ਜਿਹੜੀ ਇਹ ਡਰਾਈਵਰ ਦੀ ਬੁੱਕ ਆ ਇਹ ਪ੍ਰੀ ਟ੍ਰਿਪ ਵਿੱਚ ਪੈ ਗਈ ਆ ਇਸ ਤੋਂ ਬਾਅਦ ਜੇ ਸਮਝ ਲਓ ਤੁਸੀਂ ਪ੍ਰੀ ਟ੍ਰਿਪ ਤੋਂ ਜਗਾ ਕੁਝ ਹੋਰ ਪਾਉਣਾ ਚਾਹੁੰਦੇ ਹੋ ਹੁਣ ਤੁਸੀਂ ਪ੍ਰੀ ਟ੍ਰਿਪ ਕਰਕੇ ਚੱਲਣਾ ਚਾਹੁੰਦੇ ਹੋ ਜਿਹੜੀ ਡਰਾਈਵ ਆ ਦੇਖੋ ਡਰਾਈਵ ਵਾਲਾ ਜਿਹੜਾ ਬਟਨ ਆ ਇਹ ਲਾਈਟ ਨਹੀਂ ਹੈਗਾ ਇਹਦਾ ਮਤਲਬ ਇਹ ਕਿ ਡਰਾਈਵਿੰਗ ਜਿਹੜੀ ਆ ਇਹ ਆਟੋਮੈਟਿਕਲੀ ਹੋਊਗੀ ਇਹ ਤੁਹਾਨੂੰ ਦੱਬਣ ਦੀ ਲੋੜ ਨਹੀਂ ਜੇ ਤੁਹਾਡਾ ਟਰੱਕ ਚੱਲੂਗਾ ਇਹਨੇ ਆਟੋਮੈਟਿਕਲੀ ਡਰਾਈਵ 'ਚ ਪੈ ਜਾਣਾ ਹੈ ਸੋ ਪਰ ਬਾਕੀ ਜਿਹੜੀਆਂ ਆਪਸ਼ਨਸ ਆ ਉਹ ਆਪਾਂ ਨੂੰ ਚੂਜ਼ ਕਰਨੀਆਂ ਪੈਣੀਆਂ ਜੇ ਹੁਣ ਆਪ ਬੰਦੇ ਦੀ ਆਪਣੇ ਡਰਾਈਵਰ ਦੀ ਜਿਹੜੀ ਆ ਸ਼ਿਫਟ ਖਤਮ ਹੋ ਗਈ ਤਾਂ ਉਹ 슬ੀਪਰ 'ਚ ਜਾ ਕੇ 슬ੀਪ ਪਾ ਕੇ ਆਪਣਾ ਰਿਮਾਰਕ ਪਾ ਦੇ 10 ਆਵਰਸ ਆਫ ਜੇ ਉਹਨੇ ਸਮਝ ਲਓ ਬ੍ਰੇਕ ਲੈਣੀ ਆ ਤਾਂ ਆਫ ਡਿਊਟੀ 'ਚ ਜਾ ਕੇ ਆਪਣਾ ਰਿਮਾਰਕ ਪਾ ਦੇ 30 ਮਿੰਟ ਡਿਊਟੀ ਬ੍ਰੇਕ ਜੇ ਉਹਨੇ 34 ਘੰਟੇ ਰੀਸੈਟ ਕਰਨਾ ਹੈ ਤਾਂ ਇਹਨੂੰ ਥੱਲੇ ਜਾ ਕੇ ਆ ਦੇਖੋ ਇਸ ਐਂਡ ਦੇ ਵਿੱਚ ਆਪਸ਼ਨ ਹੈਗੀ ਆ ਜੇ ਤਦ ਕਿ ਆਇਆ ਸੀਗਾ 34 ਆਵਰ ਰੀਸਟਾਰਟ ਉਹਨੂੰ ਆਪਣਾ ਦੱਬ ਦੇਵੇ ਤੇ 34 ਘੰਟੇ ਦਾ ਰਿਮਾਰਕ ਪੈ ਜਾਊਗਾ ਇੱਕ ਗੱਲ ਤਾਂ ਜ਼ਰੂਰ ਧਿਆਨ ਦੇਣਾ ਜੀ ਤੁਸੀਂ ਇੱਥੇ ਇਸ ਆਪਸ਼ਨ ਵਿੱਚ ਜਾ ਕੇ ਡਰਾਈਵਰ ਹਮੇਸ਼ਾ ਆਫ ਡਿਊਟੀ ਤੇ ਸਲੀਪਰ ਨੂੰ ਕਨਫਿਊਜ਼ ਕਰਦੇ ਆ ਜਿਹੜੀ ਆਫ ਡਿਊਟੀ ਆ ਜਿਹੜੀ ਸਲੀਪ ਆ ਸੌਰੀ ਉਹਦੇ ਵਿੱਚ ਸਿਰਫ ਆਪਾਂ ਸੌਣਾ ਹੈ ਸੋ ਸਲੀਪਰ ਮੀਨਸ ਸਲੀਪ ਜਿਹੜੀ 10 ਘੰਟੇ ਦੀ ਨੀਂਦ ਆ ਉਹ ਸਲੀਪ ਚ ਪਾਉਣੀ ਆ ਉਹਨੂੰ ਛੱਡ ਕੇ ਬਾਕੀ ਦੀ ਜਿੰਨੇ ਵੀ ਆਫ ਡਿਊਟੀ ਸਟੇਟਸ ਆ ਭਾਵੇਂ ਤੁਸੀਂ ਬ੍ਰੇਕ ਲੈ ਰਹੇ ਹੋ ਪਾ ਮੈਂ ਤੁਸੀਂ ਟਰੱਕ ਸ਼ਾਪ ਤੇ ਹੋ ਤੁਹਾਡਾ ਟਰੱਕ ਬ੍ਰੇਕਡਾਊਨ ਆ ਕੁਝ ਵੀ ਹੋਇਆਗਾ ਹੋ ਰਿਹਾ ਉਹ ਤੁਸੀਂ ਆਫ ਡਿਊਟੀ ਚ ਪਾਣਾ ਸਲੀਪ ਚ ਨਹੀਂ ਰਹਿਣ ਦੇਣਾ ਮੈਂ ਆਪਣਾ 34 ਘੰਟੇ ਦਾ ਰੀਸੈਟ ਵੀ ਤੁਸੀਂ ਹਾਂਜੀ ਜਿਵੇਂ ਮੈਂ ਦੱਸ ਰਿਹਾ ਸੀ ਕਿ ਤੁਸੀਂ ਆਪਣੇ 34 ਘੰਟੇ ਦਾ ਰੀਸੈਟ ਵੀ ਆਫ ਡਿਊਟੀ ਚ ਕਰਨਾ ਸਲੀਪ ਚ ਨਹੀਂ ਪਾਉਣਾ ਇਹ ਆਪਣੇ ਬੰਦੇ ਹਮੇਸ਼ਾ ਇਹਨੂੰ ਕਨਫਿਊਜ਼ ਕਰ ਦਿੰਦੇ ਆ ਸੋ ਬਸ ਇੱਕ ਚੀਜ਼ ਯਾਦ ਯਾਦ ਰੱਖੋ ਕਿ 슬ੀਪਰ ਇਜ਼ ਓਨਲੀ ਫਾਰ ਸਲੀਪ ਉਹ 슬ੀਪਰ ਸਿਰਫ ਸੌਣ ਵਾਸਤੇ ਆ ਸਲੀਪ ਲਈ ਆ ਇਹ ਸੀਗੀ ਆਪਣੀ ਸਭ ਤੋਂ ਜ਼ਰੂਰੀ ਆਪਸ਼ਨ ਜੀ ਇਹ ਆਪਾਂ ਨੂੰ ਹੁਣ ਤੁਹਾਨੂੰ ਮੈਂ ਸਾਰਾ ਦੱਸ ਚੁੱਕਿਆ ਹੁਣ ਆਪਾਂ ਇਹਨੂੰ ਕੈਨਸਲ ਕਰਕੇ ਚੱਲੀਏ ਅਗਲੀਆਂ ਤੇ ਆ ਜਿਹੜੇ ਬਟਨ ਉੱਪਰ ਬਣੇ ਹੋਏ ਆ ਮੈਂ ਇੱਕ ਇੱਕ ਕਰਕੇ ਤੁਹਾਨੂੰ ਹਰੇਕ ਸਮਝਾਉਂਗਾ ਸਭ ਤੋਂ ਪਹਿਲਾਂ ਆਪਾਂ ਆ ਜੀਏ ਸਮਰੀ ਤੇ ਸਮਰੀ ਦੇ ਵਿੱਚ ਬੇਸਿਕਲੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਜਿਹੜੀ ਡਿਊਟੀ ਸਟੇਟਸ ਵਿੱਚ ਤੁਹਾਡੇ ਕੋਲ ਕਿੰਨਾ ਟਾਈਮ ਬਚ ਗਿਆ ਜਿੱਦਾਂ ਤੁਹਾਡੀ 8 ਘੰਟੇ ਦੀ ਜਿਹੜੀ ਰੈਸਟ ਬ੍ਰੇਕ ਆ ਕਿ ਤੁਸੀਂ 8 ਘੰਟੇ ਔਨ ਡਿਊਟੀ ਰਹਿਣ ਤੋਂ ਬਾਅਦ ਰੈਸਟ ਬ੍ਰੇਕ ਕਰਨੀ ਹੁੰਦੀ ਹੈ ਤਾਂ ਉਹਦੇ ਵਿੱਚ ਤੁਹਾਡਾ ਕਿੰਨਾ ਟਾਈਮ ਬਚਿਆ ਹੋਇਆ ਉਹ ਤੁਹਾਡਾ ਇੱਥੇ ਲਿਖ ਕੇ ਆ ਜੂਗਾ ਬਾਕੀ ਇਹ ਵੀਡੇ ਡੀਓਡੀ ਕਲਾਕ ਚ ਵੀ ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਤੁਹਾਡਾ ਕੁੱਲ ਕਿੰਨਾ ਟਾਈਮ ਬਚਿਆ ਹੋਇਆ ਹੁਣ ਡਰਾਈਵ ਵਾਸਤੇ ਜਾਂ ਅੱਜ ਦੀ ਉਹਦੇ ਲਈ ਔਨ ਡਿਊਟੀ ਵਾਸਤੇ 11 ਆਵਰਸ ਤੁਹਾਡੀ ਰੋਜ਼ ਹੀ 11 ਘੰਟੇ ਚ ਕਿੰਨੇ ਘੰਟੇ ਬਚੇ ਆ ਤੁਹਾਡੇ 14 ਘੰਟੇ ਚ ਕਿੰਨੇ ਘੰਟੇ ਬਚੇ ਹੋਏ ਆ ਜਦੋਂ ਔਨ ਡਿਊਟੀ ਦੇ ਵਿੱਚ ਤੇ ਤੁਹਾਡੇ 70 ਘੰਟੇ ਜਿਹੜਾ ਵੀਕਲੀ ਹੁੰਦਾ ਹੈ ਉਹਦੇ ਤੁਹਾਡੇ ਕਿੰਨੇ ਘੰਟੇ ਬਚੇ ਸਾਰਾ ਕੁਝ ਸੰਬਰੀ ਚ ਆ ਕੇ ਚੈੱਕ ਕਰ ਸਕਦੇ ਆ ਇਸ ਤੋਂ ਬਾਅਦ ਆਪਾਂ ਇਹ ਇੱਕ ਰਾਸ ਗ੍ਰਾਫ ਬੇਸਿਕਲੀ ਜੀ ਸਾਡਾ ਗ੍ਰਾਫ ਆ ਜਿਵੇਂ ਆਪਾਂ ਪਹਿਲਾਂ ਪੇਪਰ ਲੌਗ ਆ ਬਣਾਉਂਦੇ ਹੁੰਦੇ ਸੀ ਕਿ ਗ੍ਰਾਫ ਉਹਦੇ ਉੱਤੇ ਬਣਾਉਂਦੇ ਸੀਗੇ ਇਹ ਸੇਮ ਚੀਜ਼ ਹੀ ਆ ਜੀ ਇਹਦਾ ਇਲੈਕਟ੍ਰੋਨਿਕ ਪਾਰਟ ਆ ਤੇ ਜੇ ਤੁਸੀਂ ਕਦੇ ਆਪਣਾ ਗ੍ਰਾਫ ਦੇਖਣਾ ਚਾਹੋ ਤਾਂ ਇੱਥੇ ਆ ਕੇ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਆਉਂਦੇ ਆ ਡੇ ਲੌਗ ਦੇ ਵਿੱਚ ਡੇ ਲੌਗ ਜੀ ਤੁਸੀਂ ਇਸ ਦਿਹਾੜੀ ਦੇ ਵਿੱਚ ਜੋ ਕੁਝ ਵੀ ਕੀਤਾ ਉਹ ਉਹ ਸਾਰੀਆਂ ਜਿਹੜੀਆਂ ਡਿਟੇਲਸ ਆ ਉਹ ਇੱਕ ਇੱਕ ਕਰਕੇ ਇੱਥੇ ਦਿਖਦੀਆਂ ਆਉਣਗੀਆਂ ਇਹਦੇ ਵਿੱਚ ਤੁਹਾਡੀ ਡਰਾਈਵ ਹੋਈ ਆ ਔਨ ਡਿਊਟੀ ਆਫ ਡਿਊਟੀ ਜੋ ਵੀ ਤੁਸੀਂ ਕੀਤਾ ਉਹ ਲੋਕੇਸ਼ਨ ਦੇ ਨਾਲ ਇੱਥੇ ਮੈਂਸ਼ਨ ਕੀਤਾ ਹੋਊਗਾ ਤੁਸੀਂ ਅੱਗੇ ਚੈੱਕ ਕਰ ਸਕਦੇ ਆ ਕਿ ਅੱਜ ਮੈਂ ਕੀ ਕਿਤੇ ਦਾ ਹੁਣ ਆ ਦੇਖੋ ਸ਼ੋਅ ਹੋ ਰਿਹਾ ਕਿ ਆਪਾਂ 14:25 ਯਾਨੀ ਕਿ 2:25 'ਚ ਬੁੱਕ ਨੂੰ ਪ੍ਰੀ ਟ੍ਰਿਪ ਬੁੱਕ ਨੂੰ ਆਨ ਡਿਊਟੀ 'ਚ ਪਾਇਆ ਸੀ ਤੇ ਕਮੈਂਟ 'ਚ ਆਪਾਂ ਪ੍ਰੀ ਟ੍ਰਿਪ ਲਿਖਿਆ ਸੀ ਤੇ ਆਪਣੀ ਜਿਹੜੀ ਲੋਕੇਸ਼ਨ ਆ ਉਹ ਟ੍ਰੇਸੀ ਦੇ ਕੋਲ ਆ ਜਿਹੜਾ ਵੀ ਸਾਡਾ ਹੁਣ ਇਸ ਵਕਤ ਆਫਿਸ ਦਾ ਐਡਰੈਸ ਆ ਸੋ ਹਰੇਕ ਚੀਜ਼ ਤੁਹਾਡੀ ਲੋਕੇਸ਼ਨ ਦੇ ਨਾਲ ਇੱਥੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੇ ਕੋਈ ਗਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ 8 ਡੇਜ਼ 8 ਡੇਜ਼ ਬਹੁਤ ਜ਼ਰੂਰੀ ਆਪਸ਼ਨ ਹੈ ਜੀ ਇੱਕ ਤੇ ਇਹਦੇ ਵੀ ਤੁਸੀਂ ਪਿਛਲੇ 8 ਦਿਨਾਂ ਦੀ ਆਪਣੀ ਡਰਾਈਵ ਟਾਈਮ ਦੇ ਸਕਦੇ ਕਿੰਨੀ ਡਰਾਈਵ ਹੋਈ ਕਿੰਨੀ ਮਿਲਣਾ ਚੱਲਿਆ ਤੇ ਕਿੰਨੀ ਤੁਸੀਂ ਆਨ ਡਿਊਟੀ 'ਚ ਰਹੇ ਹੋ ਦੂਜੀ ਇਹਦੇ ਵਿੱਚ ਜਾ ਕੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈਗੀ ਜ ਉਹ ਇਹ ਕਰ ਸਕਦੇ ਆ ਕਿ ਤੁਸੀਂ ਫੈਕਸ ਜਾਂ ਈਮੇਲ ਕਰ ਸਕਦੇ ਹੋ ਆਫੀਸਰ ਨੂੰ ਆਪਣੀ ਲੌਗ ਬੁੱਕਾਂ ਲੈਟ ਸੇ ਤੁਸੀਂ ਸਕੇਲ ਦੇ ਉੱਤੇ ਹੋ ਆਫੀਸਰ ਨੇ ਤੁਹਾਨੂੰ ਕਿਹਾ ਕਿ ਮੈਨੂੰ ਆਪਣੀ ਲੌਗ ਬੁੱਕਾਂ ਭੇਜੋ ਤਾਂ ਤੁਸੀਂ ਇਹਨੂੰ ਫੈਕਸ ਜਾਂ ਈਮੇਲ ਕਰ ਸਕਦੇ ਆ ਸੋ ਤੁਸੀਂ ਜਾਣਾ ਬੇਸਿਕਲੀ 8 ਡੇਜ਼ ਤੇ ਉੱਤੇ ਫੈਕਸ ਈਮੇਲ ਇਹ ਫੈਕਸ ਨੰਬਰ ਹੈਗਾ ਤਾਂ ਫੈਕਸ ਨੰਬਰ ਪਾ ਦਿਓ ਜੇ ਈਮੇਲ ਐਡਰੈਸ ਹੈ ਤਾਂ ਈਮੇਲ ਪਾ ਦਿਓ ਤੇ ਉਤੋਂ ਬਾਅਦ ਆਪੇ ਦੋ ਰਿਕੁਐਸਟ ਉਥੇ ਆਫੀਸਰ ਕੋਲ 5-7 ਮਿੰਟ ਦੇ ਵਿੱਚ ਤੁਹਾਡੀ ਪਿਛਲੇ 8 ਦਿਨ ਦੀ ਬੁੱਕ ਦਾ ਰਿਕਾਰਡ ਪਹੁੰਚ ਜਾਊਗਾ ਹੁਣ ਆਪਾਂ ਜੀ ਆ ਜੀ ਉਤੋਂ ਅਗਲੀ ਆਪਸ਼ਨ ਸਰਟੀਫਾਈ ਤੇ ਸਰਟੀਫਾਈ ਆਪਸ਼ਨ ਬੇਸਿਕਲੀ ਜਦੋਂ ਤੁਸੀਂ ਆਪਣੀ ਡਰਾਈਵ ਇੱਕ ਦਿਨ ਦੀ ਪੂਰੀ ਕਰ ਲਈ ਆ ਆਪਣੇ ਤੁਹਾਡੀ ਡਿਊਟੀ ਸਟੇਟਸ ਪੂਰੇ ਇੱਕ ਦਿਨ ਦਾ ਤੁਹਾਡਾ ਪੂਰਾ ਹੋ ਗਿਆ ਤੇ ਤੁਸੀਂ ਤੁਸੀਂ ਹੁਣ ਆਪਣੀ ਬੁੱਕ ਸਲੀਪ ਚ ਪਾ ਤੀ ਆ ਸੋ ਸਲੀਪ ਚ ਪਾਉਣ ਤੋਂ ਬਾਅਦ ਆਪਣੀ ਬੁੱਕ ਨੂੰ ਸਰਟੀਫਾਈ ਕਰ ਦਿਓ ਸਰਟੀਫਾਈ ਕਰਕੇ ਸਰਟੀਫਾਈ ਕਰਕੇ ਬੇਸਿਕਲੀ ਤੁਸੀਂ ਦੱਸ ਰਹੇ ਹੋ ਕਿ ਆਹ ਜੋਕ ਇੱਥੇ ਜੋ ਕੁਝ ਵੀ ਤੁਸੀਂ ਉਸ ਦਿਨ 'ਚ ਕੀਤਾ ਸਾਰਾ ਕੁਝ ਸ਼ੋ ਹੋਊਗਾ ਤੇ ਤੁਸੀਂ ਸਰਟੀਫਾਈ ਕਰਕੇ ਦੱਸ ਰਹੇ ਹੋ ਡੀਓਡੀ ਨੂੰ ਕਿ ਹਾਂ ਇਹ ਸਾਰਾ ਕੁਝ ਮੈਂ ਹੀ ਕੀਤਾ ਹੈ ਜਦੋਂ ਤੁਸੀਂ ਸਰਟੀਫਾਈ ਦੱਬਿਆ ਤਾਂ ਤੁਹਾਨੂੰ ਬੁੱਕ ਨੇ ਪੁੱਛਣਾ ਐਗਰੀ ਨਾਟ ਰੈਡੀ ਜੇ ਤਾਂ ਇਹ ਸਾਰਾ ਕੁਝ ਤੁਸੀਂ ਕੀਤਾ ਹੈ ਤਾਂ ਤੁਸੀਂ ਐਗਰੀ ਦੱਬ ਦਿਓ ਜੇ ਤੁਸੀਂ ਨਹੀਂ ਕੀਤਾ ਤਾਂ ਨਾਟ ਰੈਡੀ ਕਰ ਦਿਓ ਸੋ ਬੇਸਿਕਲੀ ਆਪਾਂ ਦੱਬ ਦੰਦੇ ਐਗਰੀ ਫਿਰ ਆ ਗਿਆ ਹੁਣ ਅੱਗੇ ਸਰਟੀਫਾਈ ਤੇ ਆਪਾਂ ਕਰਤਾ ਫਿਰ ਦੁਬਾਰਾ ਸਰਟੀਫਾਈ ਤੇ ਹੁਏ ਆਪਣੀਏ ਦੇਖੋ ਤੇ ਆਪਣੇ ਇਹਦੇ ਗੇਟ ਟਿਕ ਵੱਜ ਗਿਆ ਨਾ ਜੀ ਇਹਦਾ ਮਤਲਬ ਆ ਕਿ ਆਪਣੀ ਬੁੱਕ ਸਰਟੀਫਾਈ ਹੋ ਚੁੱਕੀ ਹੈ ਇਹ ਤਾਂ ਹੋ ਗਈ ਇੱਕ ਚੀਜ਼ ਜਿਹੜੀ ਆਪਾਂ ਸਰਟੀਫਾਈ ਚ ਕਰਦੇ ਆ ਜੇ ਆਪਾਂ ਇਦਾਂ ਸਰਟੀਫਾਈ ਰੋਜ਼ ਹੀ ਰੋਜ਼ ਨਹੀਂ ਕਰੋਗੇ ਸੋ ਤੁਸੀਂ ਜਦੋਂ ਵੀ ਬੁੱਕ ਲੌਗ ਆਊਟ ਕੀਤੀ ਤੇ ਦੁਬਾਰਾ ਲੌਗ ਇਨ ਕਰੋਗੇ ਤਾਂ ਬੁੱਕੜੇ ਤੁਹਾਨੂੰ ਪਿਛਲੇ 7 ਦਿਨਾਂ ਦਾ ਸਰਟੀਫਾਈ ਕਰਾਉਣਾ ਸੋ ਉਦੋਂ ਟਾਈਮ ਖਰਾਬ ਕਰਨ ਦੇ ਨਾਲੋਂ ਬੈਟਰ ਆ ਕਿ ਤੁਸੀਂ ਰੋਜ਼ ਦੀ ਰੋਜ਼ ਹੀ ਇਹਨੂੰ ਸਰਟੀਫਾਈ ਕਰੀ ਜਾਓ ਨੂੰ ਦੂਜੀ ਜ਼ਰੂਰੀ ਆਪਸ਼ਨ ਇੱਥੇ ਸਰਟੀਫਾਈ ਦੇ ਵਿੱਚ ਹੈਗੀ ਆ ਕਿ ਆਪਾਂ ਇੱਥੇ ਆਪਣੀ ਬੁੱਕ ਨੂੰ ਐਡਿਟ ਕਰ ਸਕਦੇ ਹਾਂ ਕਦੇ-ਕਦੇ ਕੀ ਹੁੰਦਾ ਕਿ ਡਰਾਈਵਰ ਆਪਣੀ ਬੁੱਕ ਨੂੰ 슬ੀਪ ਜਾਂ ਆਫ ਡਿਊਟੀ 'ਚ ਪਾਣੀ ਭੁੱਲ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਜਿਹੜੇ ਜੇ ਰੀਸੈਟ ਕਰ ਰਿਹਾ ਤਾਂ ਉਹਦੇ ਘੰਟੇ ਵਾਪਸ ਨਹੀਂ ਆਉਂਦੇ ਜੋ ਸੌ ਰਿਹਾ ਹਤਾ ਤਾਂ ਉਹਦੇ 11 ਘੰਟੇ ਦੇ ਉਹਨੂੰ ਫੇਰ ਆਪਣੀ 11 ਘੰਟੇ ਦੀ ਡਰਾਈਵ ਨਹੀਂ ਮਿਲਦੀ ਤਾਂ ਇਹਦੇ ਵਿੱਚ ਡਰਾਈਵਰ ਆਪੇ ਹੀ ਇਹਨੂੰ ਠੀਕ ਕਰ ਸਕਦਾ ਹੈ ਸੋ ਠੀਕ ਹੈ ਮੈਂ ਕਰਨੀ ਆ ਲੈਟਸ ਸੇ ਹੁਣ ਆਹ ਆਨ ਡਿਊਟੀ ਆ ਜੀ ਆਨ ਡਿਊਟੀ 5 ਮਿੰਟ ਦੀ ਇਹ ਗਲਤੀ ਨਾਲ ਪੈ ਗਈ ਸੀਗੀ ਡਰਾਈਵਰ ਪਾਉਣਾ ਨਹੀਂ ਚਾਹੁੰਦਾ ਸੀ ਜੇ ਤਾਂ ਆਪਾਂ ਆਨ ਡਿਊਟੀ ਤੇ ਕਲਿੱਕ ਕੀਤਾ ਇਹ ਦੇਖੋ ਥੱਲੇ ਐਡਿਟ ਬਟਨ ਬਣ ਕੇ ਆ ਗਿਆ ਆਪਾਂ ਐਡਿਟ ਤੇ ਕਲਿੱਕ ਕੀਤਾ ਤੇ ਉਸ ਤੋਂ ਬਾਅਦ ਆ ਦੇਖੋ ਉੱਪਰ ਲਿਖਿਆ ਹੋਇਆ ਆਨ ਸੋ ਆਪਾਂ ਜਿੱਥੇ ਆਨ ਲਿਖਿਆ ਉਹਦੇ ਨਾਲ ਕਲਿੱਕ ਕਰਨਾ ਜੇ ਤਾਂ ਆਪਾਂ ਕਲਿੱਕ ਕੀਤਾ ਦੇਖੋ ਆਪਣੇ ਸਾਰੇ ਡਿਊਟੀ ਸਟੇਟਸ ਆ ਗਏ ਆਫ ਸਲੀਪਰ ਆਨ ਤੇ ਡਰਾਈਵਿੰਗ ਹੁਣ ਆਪਾਂ ਚੂਜ਼ ਕਰਨਾ ਵੀ ਜੇ ਮੈਂ ਉਦੋਂ ਆਨ ਨਹੀਂ ਕਰ ਰਹੀ ਸੀ ਤਾਂ ਮੈਂ ਕੀ ਕਰ ਰਹੀ ਹਾਂ ਸੀ ਤਾਂ ਹੋ ਸਕਦਾ ਤੁਸੀਂ 슬립 ਚ ਹੋਮ ਹੋ ਜੇ ਤੁਹਾਡੀ ਤੁਸੀਂ ਆਪਣੇ ਕਰ ਰਹੇ ਸੀਗੇ 11 ਘੰਟੇ ਸੌਰੀ 10 ਘੰਟੇ ਦੀ 슬립 ਜਾਂ ਤੁਸੀਂ ਹੋ ਸਕਦਾ ਤੁਸੀਂ 34 ਘੰਟੇ ਦਾ ਰੀਸੈਟ ਕਰ ਰਹੇ ਹੋ ਤੇ ਤੁਸੀਂ ਆਫ ਚ ਸੀਗੇ ਤੁਸੀਂ ਕਾਗੂਰੇ ਲੀਕ ਸਿਲੈਕਟ ਕਰ ਦਿਓ ਜੋ ਵੀ ਤੁਸੀਂ ਕਰ ਰਹੇ ਸੀਗੇ ਰਿਮਾਰਕ ਚ ਪਾ ਦਿਓ ਮੈਂ ਹੁਣ ਰਿਮਾਰਕ ਚ ਪਾਉਂਗਾ ਵੀ ਮੈਂ 34 ਘੰਟੇ ਦਾ ਰੀਸਟਾਰਟ ਕਰ ਰਹੇ ਹਾਂ ਸੀਗਾ ਜੋਨ ਟਿਕਾ ਰੀਸਟ ਉਤਪਾਦ ਇਹਨੂੰ ਕਰਤਾ ਨੈਕਸਟ ਹੁਣ ਬੁੱਕ ਨੇ ਮੈਨੂੰ ਪੁੱਛਣਾ ਵੀ ਤੁਸੀਂ ਇਹਨੂੰ ਐਡਿਟ ਕੀਤਾ ਇਹਦਾ ਕੀ ਰੀਜ਼ਨ ਆ ਤੁਸੀਂ ਕਿਉਂ ਐਡਿਟ ਕਰ ਰਹੇ ਹੋ ਸੋ ਆਪਾਂ ਉਹਦੇ ਵਿੱਚ ਇੱਥੇ ਰੀਜ਼ਨ ਲਿਖ ਦੇਣਾ ਜਿਹੜਾ ਆਪਾਂ ਪਾ ਸਕਦੇ ਆ ਕਿ ਫਰਗਾਟ ਟੂ ਚੇਂਜ ਸਟੇਟਸ ਜਿਵੇਂ ਕਿ ਆਪਾਂ ਦੱਸ ਰਹੇ ਹਾਂ ਕਿ ਮੈਂ ਬੈਲਾਈਨ ਨੂੰ ਚੇਂਜ ਕਰਨਾ ਭੁੱਲ ਗਿਆ ਸੀ ਇਹਨੂੰ ਸੇਵ ਕਰਤਾ ਜੀ ਜਦੋਂ ਇਹਨੂੰ ਸੇਵ ਕੀਤਾ ਤਾਂ ਬੁੱਕ ਪੁੱਛਦੀ ਆ ਕਿ ਤੁਸੀਂ ਸਰਟੀਫਾਈ ਕਰੋਗੇ ਵੀ ਤੁਸੀਂ ਕੀਤਾ ਤਾਂ ਤੁਸੀਂ ਸਰਟੀਫਾਈ ਕਲਿੱਕ ਕਰੋਗੇ ਔਰ ਤੋ ਬੁੱਕ ਦੁਬਾਰਾ ਪੁੱਛੂਗੀ ਵੀ ਐਗਰੀ ਜਾਂ ਨਾਟ ਐਗਰੀ ਕਿਉਂਕਿ ਜਦੋਂ ਵੀ ਆਪਾਂ ਕੁਝ ਚੇਂजेस ਕਰਦੇ ਆ ਆਪਣੀ ਆਪਣੀ ਬੁੱਕ ਦੁਬਾਰਾ ਸਰਟੀਫਾਈ ਕਰਨੀ ਪੈਂਦੀ ਆ ਦੇਖੋ ਲਿਖ ਕੇ ਆ ਰਿਹਾ ਹੈਰ ਵੈਸ ਸਰਟੀਫਾਈਡ ਅਰ ਮੈਂਟਾਈ ਡਿਊਟੀ ਸਟੇਟਸ ਆ ਟੂ ਐਂਡ ਕਰੈਕਟ ਆਪਾਂ ਦੱਸ ਰਹੇ ਆ ਕਿ ਆ ਜੋ ਕੁਝ ਵੀ ਹੈਗਾ ਸਾਰਾ ਕੁਝ ਸਹੀ ਆ ਤਾਂ ਮੈਨੂੰ ਸਰਟੀਫਾਈ ਕਰਦਾ ਐਗਰੀ ਕਰਦਾ ਐਗਰੀ ਕਰਤਾ ਆ ਦੇਖੋ ਦੇ ਅੱਗੇ ਹਰੇ ਬਟਨ ਬਣ ਕੇ ਆ ਗਏ ਇਹਦਾ ਮਤਲਬ ਤੁਹਾਡੀ ਸਾਰੀ ਬੁੱਕ ਹੁਣ ਸਰਟੀਫਾਈ ਹੋ ਗਈ ਆ ਹੁਣ ਤੱਕ ਹਮੇਸ਼ਾ ਆਪਾਂ ਦੇਖਣਾ ਕਿ ਅੱਗੇ ਹਰੇ ਬਟਨ ਬਣੇ ਹੋਣੇ ਚਾਹੀਦੇ ਆ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਣੀ ਬੁੱਕ ਸਰਟੀਫਾਈ ਹੋ ਚੁੱਕੀ ਆ ਹੁਣ ਆਪਾਂ ਚੱਲੀਏ ਅਗਲੀ ਆਪਸ਼ਨ ਤੇ ਲੋਡ ਆਪਸ਼ਨ ਤੇ ਸੋ ਆਪਾਂ ਕਰਾਂਗੇ ਕਲਿਕ ਲੋਡ ਤੇ ਲੋਡ ਤੇ ਜਾ ਕੇ ਆਪਾਂ ਕਰਾਂਗੇ ਨਿਊ ਲੋਡ ਇਹ ਆਪਸ਼ਨ ਬਹੁਤ ਜ਼ਰੂਰੀ ਹੈ ਜੇ ਆਪਾਂ ਆਪਣੀ ਲੋਡ ਡਾਕੂਮੈਂਟਸ ਜੇ ਆਪਾਂ ਟ੍ਰੇਲਰ ਨੰਬਰ ਨਾ ਪਾਈਏ ਤਾਂ ਆਪਾਂ ਨੂੰ ਵਾਇਲੇਸ਼ਨ ਮਿਲਦੀ ਆ ਉਹਨੂੰ ਬਚਾਉਣ ਲਈ ਆਪਾਂ ਕਾ ਜਾਣਾ ਨਿਊ ਲੋਡ ਤੇ ਨਿਊ ਲੋਡ ਤੇ ਹੈ ਕਿ ਆਪਾਂ ਪਾਣੀਆ ਲੋਡ ਆਈਡੀ ਸੋ ਲੋਡ ਆਈਡੀ ਤੁਸੀਂ ਪਾ ਸਕਦੇ ਆ ਤੁਹਾਨੂੰ ਡਿਸਪੈਚ ਵੱਲੋਂ ਜਦੋਂ ਤੁਹਾਨੂੰ ਡਿਸਟੈਚ ਆਉਂਦੀ ਆਫਿਸ ਤੋਂ ਤਾਂ ਟੈਕਸਟ ਮੈਸੇਜ ਦੇ ਵਿੱਚ ਹਮੇਸ਼ਾ ਇੱਕ ਲੋਡ ਆਈਡੀ ਲਿਖੀ ਹੁੰਦੀ ਆ ਜਿਹੜੀ ਕਿ ਕੋਈ ਵੀ ਨੰਬਰ ਹੋ ਸਕਦਾ ਹੈ ਸੋ ਲੈੱਟ ਸੇ ਉਹ ਇਹ ਨੰਬਰ ਆ ਤੁਸੀਂ ਪਾ ਤੀ ਇਸ ਤੋਂ ਬਾਅਦ ਆਪਾਂ ਪਾਉਣਾ ਬਿੱਲ ਆਫ ਲੇਡਿੰਗ ਨੰਬਰ ਜਿਹੜਾ ਕਿ ਨੰਬਰ ਤੁਸੀਂ ਪਾਉਣਾ ਹੈ ਜੋ ਤੁਹਾਡੇ ਸ਼ਿਪਰ ਵੱਲੋਂ ਮਿਲੇ ਡਾਕੂਮੈਂਟ ਉੱਤੇ ਲਿਖਿਆ ਹੋਇਆ ਨੰਬਰ ਆ ਇਹ ਨੰਬਰ ਹੋ ਸਕਦਾ ਕਿ ਬਿਲ ਆਫ ਲੇਡਿੰਗ ਨੰਬਰ ਹੋਵੇ ਰੈਫਰੈਂਸ ਨੰਬਰ ਹੋਵੇ ਜਾਂ ਲੋਡ ਲੋਡ ਨੰਬਰ ਹੋਵੇ ਜਿਹੜਾ ਵੀ ਨੰਬਰ ਤੁਹਾਨੂੰ ਸ਼ਿਪਰ ਦੇ ਵੱਲੋਂ ਮਿਲੇ ਡਾਕੂਮੈਂਟ ਤੇ ਦਿਖਦਾ ਹੈ ਉਹਨੂੰ ਇੱਥੇ ਲਿਖ ਦਿਓ 1 2 3 4 ਪਾ ਕੇ ਆ ਮੈਂ ਤੁਹਾਨੂੰ ਰੈਂਡਮ ਨੰਬਰ ਚੂਜ਼ ਕਰ ਰਿਹਾ ਪਰ ਤੁਸੀਂ ਆਪਣੇ ਹਮੇਸ਼ਾ ਬੁੱਕ ਦੇ ਉੱਤੇ ਪੇਪਰ ਸੌਰੀ ਪੇਪਰ ਦੇ ਉੱਤੇ ਨੰਬਰ ਦੇ ਕੇ ਹੀ ਖਾਣਾ ਇਹ ਤੋਂ ਬਾਅਦ ਟ੍ਰੇਲਰ ਨੰਬਰ ਸੋ ਟ੍ਰੇਲਰ ਨੰਬਰ ਮੇਕ ਸ਼ੋਰ ਕਰੋ ਕਿ ਤੁਹਾਡਾ ਜਿਹੜਾ ਟ੍ਰੇਲਰ ਤੁਸੀਂ ਹੁੱਕ ਕੀਤਾ ਹੋਇਆ ਉਹਦਾ ਨੰਬਰ ਇੱਥੇ ਪਾਇਆ ਹੋਇਆ ਜਾਵੇ ਲੈਟਸ ਸੇ ਕਿ ਉਹਦਾ A ਨੰਬਰ ਸੀਗਾ ਇਹ ਤਾਂ ਹੋ ਗਿਆ ਜੀ ਆਪਣਾ ਲੋਡ ਤੇ ਟ੍ਰੇਲਰ ਇਹ ਤੋਂ ਬਾਅਦ ਆਪਾਂ ਆਹ ਕੀਬੋਰਡ ਵਾਲਾ ਬਟਨ ਥੱਲੇ ਕਰਕੇ ਇਹਨੂੰ ਕਰ ਦਿਆ ਨਾ ਓਕੇ ਤੇ ਇਹ ਹੋ ਗਈ ਆਪਣੀ ਲੋਡ ਇਨਫੋਰਮੇਸ਼ਨ ਹੁਣ ਹੋ ਸਕਦਾ ਹੈ ਕਿ ਆਪਣੇ ਕੋਲ ਕੋਈ ਲੋਡ ਹੈ ਹੀ ਨਹੀਂ ਹੈ ਤੇ ਆਪਾਂ ਸਿਰਫ ਐਮਪਟੀ ਟ੍ਰੇਲਰ ਪਾ ਕੇ ਲੈ ਕੇ ਆ ਰਹੇ ਹਾਂ ਜੇ ਕੋਈ ਲੋਡ ਨਹੀਂ ਹੈਗਾ ਤਾਂ ਆਪਾਂ ਲੋਡ ਆਈਡੀ ਚ ਪਾ ਦਈਏ ਨੋ ਲੋਡ ਨੋ ਲੋਡ ਪਾ ਦਿਓ ਜਾਂ ਫਿਰ ਤੁਸੀਂ ਲਿਖ ਕੇ ਪਾ ਸਕਦੇ ਹੋ empty ਤੁਹਾਡੀ ਮਰਜ਼ੀ ਆ ਜੋ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਹ ਪਾ ਦਿਓ ਤੇ ਟ੍ਰੇਲਰ ਦੇ ਵਿੱਚ ਤੁਸੀਂ ਇਸ ਟ੍ਰੇਲਰ ਦਾ ਨੰਬਰ ਪਾ ਦਿਓ ਪਰ ਹੁਣ ਹੋ ਸਕਦਾ ਕਿ ਤੁਹਾਡੇ ਕੋਲ ਟ੍ਰੇਲਰ ਵੀ ਕੋਈ ਨਹੀਂ ਹੈਗਾ ਤੇ ਤੁਸੀਂ ਬੋਬ ਟੇਲ ਹੀ ਆ ਰਹੇ ਹੋ ਤਾਂ ਤੁਸੀਂ ਇੱਥੇ ਲੋਡ ਆਈਡੀ ਪਾ ਦਿਓ No load ਤੇ ਇੱਥੇ ਪਾ ਦਿਓ ਟ੍ਰੇਲਰ ਦੇ ਵਿੱਚ ਬੋਬ ਟੇਲ ਬੋਕਟਲ ਪਾ ਕੇ ਇਹਨੂੰ ਕਰਕੇ ਕਰ ਦੋ ਓਕੇ ਸੋ ਇਹਦਾ ਕੰਮ ਹੋ ਗਿਆ ਜੀ ਲੋਡ ਦਾ ਪੂਰਾ ਇਸ ਤੋਂ ਬਾਅਦ ਆਪਾਂ ਜਾਈਏ ਕੈਰੀਅਰਸ ਦੇ ਵਿੱਚ ਕੈਰੀਅਰਸ ਜਿਹੜੀ ਆਪਸ਼ਨ ਹੈ ਆਪਾਂ ਬਾਰ ਬਾਰ ਕਰਨ ਦੀ ਜ਼ਰੂਰਤ ਨਹੀਂ ਆ ਪਰ ਜਦੋਂ ਪਹਿਲੀ ਵਾਰੀ ਤੁਸੀਂ ਟਰੱਕ 'ਚ ਜਾਉਂਗੇ ਤਾਂ ਮੇਕ ਸ਼ੂਰ ਕਰ ਲਓ ਕਿ ਤੁਹਾਡੇ ਟਰੱਕ ਦੇ ਬਾਹਰ ਜਿਹੜਾ ਵੀ ਸਟicker ਲੱਗਿਆ ਹੋਇਆ ਏਟੀਐਲ ਦਾ ਹੈ ਇਨਲੈਂਡ ਦਾ ਹੈ ਜੀਐਚਪੀ ਦਾ ਸਟੇਟ ਵੜ ਜਿਹੜਾ ਵੀ ਹੈਗਾ ਉਹਨੂੰ ਚੂਜ਼ ਕਰ ਲਓ ਕਿਉਂਕਿ ਤੁਹਾਡਾ ਜੀਐਚਪੀ ਦਾ ਟਰੱਕ ਆ ਉਰੇ ਜੀਐਚਪੀ ਮਾਰਕ ਹੋਣਾ ਹੋਇਆ ਚਾਹੀਦਾ ਤੇ ਇਹਨੂੰ ਕਰ ਦੋ ਓਕੇ ਹੁਣ ਆਪਣਾ ਇੱਥੇ ਜੀਐਚਬੀ ਹੋ ਜਾਊਗਾ ਜੀ ਜਦੋਂ ਤੁਹਾਡਾ ਕੈਰੀਅਰ ਤੇ ਚੇਂਜ ਹੋ ਗਿਆ ਤੇ ਦਰਸ਼ਕੋਨ ਨੂੰ ਇੱਕ ਵਾਰ ਮੈਂ ਤੁਹਾਨੂੰ ਦੱਸਦਾ ਹਾਂ ਦੋ ਦੋ ਕੋ ਹੋਰ ਚੀਜ਼ਾਂ ਜਿਹੜੀਆਂ ਬੁੱਕ ਚ ਜ਼ਰੂਰੀ ਆ ਤੇ ਇੱਕ ਇੱਥੇ ਆ ਦੇਖੋ ਬਟਨ ਲਿਖ ਬਣਿਆ ਹੋਇਆ ਛੋਟਾ ਜਿਹਾ ਵੀਆਰ ਇਹਨੂੰ ਕਹਿੰਦੇ ਹੁੰਦੇ ਆ ਵਹੀਕਲ ਇਨਸਪੈਕਸ਼ਨ ਰਿਪੋਰਟ ਹੁਣ ਆਪਾਂ ਇੱਕ ਵਾਰੀ ਹੋਮ ਬਟਨ ਦਬਵਦੀ ਹੈ ਸੋ ਜਿਹੜੀ ਵੀਕਲ ਇਨਸਪੈਕਸ਼ਨ ਰਿਪੋਰਟ ਹੈ ਆਪਾਂ ਨੂੰ ਰੋਜ਼ ਦੀ ਰੋਜ਼ ਪੜ੍ਹਨੀ ਪੈਂਦੀ ਹੈ ਦੱਸਣ ਵਾਸਤੇ ਡੀਓਡੀ ਨੂੰ ਕਿ ਸਾਡੇ ਟਰੱਕ ਤੇ ਟ੍ਰੇਲਰ 'ਚ ਕੋਈ ਕਮੀ ਪੇਸ਼ੀ ਤਾਂ ਨਹੀਂ ਆ ਜਦੋਂ ਤੁਸੀਂ ਆਪਣਾ ਪ੍ਰੀ ਟ੍ਰਿਪ ਕਰਦੇ ਹੋ ਆਪਣ ਇਹਦੇ ਲਈ ਦਬਾਂਗੇ ਵੀਕਲ ਇਨਸਪੈਕਸ਼ਨ ਜਾਂ ਤਾਂ ਆਪਾਂ ਇੱਥੋਂ ਵੀਕਲ ਇਨਸਪੈਕਸ਼ਨ ਜਾ ਕੇ ਨਿਊ ਵੀਆਈਆਰ ਕਰ ਲਈਏ ਜੇ ਆਪਾਂ ਇੱਥੇ ਨਹੀਂ ਆਉਣਾ ਚਾਹੁੰਦੇ ਤਾਂ ਆਵਰ ਆਫ ਸਰਵਿਸ ਦੇ ਵਿੱਚ ਇੱਕ ਜਿਹੜਾ ਛੋਟਾ ਬਟਨ ਬਣਿਆ ਹੋਇਆ ਵੀਆਈਆਰ ਆਪਾਂ ਇਹਨੂੰ ਦਬ ਦਈਏ ਮਿਸ ਆਪਾ ਜਿੱਪਾ ਮੈਂ ਇੱਥੋਂ ਚੱਲ ਜੀਏ ਭਾਵੇਂ ਇੱਥੋਂ ਚੱਲ ਜੀਏ ਆਪਾਂ ਇੱਕੋ ਜਗ੍ਹਾ ਤੇ ਪਹੁੰਚਣਾ ਹੈ ਜਦੋਂ ਆਪਾਂ ਇੱਥੇ ਪਹੁੰਚ ਗਏ ਹੁਣ ਇੱਥੇ ਦੇਖੋ ਲਿਖਿਆ ਆ ਰਿਹਾ ਨਿਊ ਵੀਆਈਆਰ ਆਪਾਂ ਇਹਨੂੰ ਕਲਿੱਕ ਕਰਨਾ ਹੈ ਉਰੇ ਤੁਹਾਡੇ ਟਰੱਕ ਦਾ ਨੰਬਰ ਲਿਖਿਆ ਹੋਊਗਾ ਉਰੇ ਤੁਸੀਂ ਪਾ ਦੇਣਾ ਆਪਣਾ ਟ੍ਰੇਲਰ ਨੰਬਰ ਲੈਟਸ ਸੇ ਆਪਣਾ ਟ੍ਰੇਲਰ ਨੰਬਰ ਹੈਗਾ 1 2 3 4 ਆਪਾਂ ਇਹਨੂੰ ਪਾਇਆ ਨੈਕਸਟ ਕੀਤਾ ਅੱ ਤੋਂ ਬਾਅਦ ਆ ਦੇਖੋ ਆਪਣੀ ਸਕਰੀਨ ਲਿਖ ਕੇ ਆ ਗਈ ਇਹ ਸਕਰੀਨ ਆਈ ਆਪਣੇ ਟਰੱਕ ਵਾਸਤੇ ਦੇਖੋ ਟਰੱਕ ਬਣਿਆ ਹੋਇਆ ਆਪਣਾ ਟਰੈਕਟਰ ਬਣਿਆ ਹੋਇਆ ਸੋ ਬੇਸਿਕਲੀ ਤੁਸੀਂ ਦੇਖਣਾ ਹੈ ਕਿ ਟਰੈਕਟਰ ਦੇ ਵਿੱਚ ਤੁਹਾਡੀ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਉਹ ਪ੍ਰੋਬਲਮ ਮਾਰਕ ਕਰ ਦਿਓ ਤੇ ਉਹਨੂੰ ਕਰ ਦਿਓ ਨੈਕਸਟ ਨੈਕਸਟ ਕਰ ਦੋ ਜੀ ਨੈਕਸਟ ਕਰਕੇ ਉਰੇ ਮਾੜਾ ਮੋਟਾ ਲਿਖ ਦੋ ਵੀ ਕੀ ਪ੍ਰੋਬਲਮ ਹੈਗੀ ਆ ਲਿਖ ਦੋ ਕਿ ਵਿੰਡਸ਼ੀਲਡ ਬ੍ਰੋਕਨ ਹੈ ਨਾ ਵਿੰਡਸ਼ੀਲਡ ਬ੍ਰੋਕਨ ਇਹ ਮੈਂ ਐਗਜ਼ਾਮਪਲ ਦੇ ਰਿਹਾ ਬਸ ਤੁਸੀਂ ਆਪਣੇ ਹਿਸਾਬ ਨਾਲ ਜੋ ਤੁਹਾਨੂੰ ਹੋਊਗਾ ਤੁਸੀਂ ਉਹ ਲਿਖ ਸਕਦੇ ਹੋ ਬ੍ਰੋਕਨ ਤੇ ਉਸ ਤੋਂ ਬਾਅਦ ਇਹਨੂੰ ਕਰ ਦੋ ਫਿਰ ਨੈਕਸਟ ਤੇ ਉਸ ਤੋਂ ਬਾਅਦ ਆ ਗਈ ਟ੍ਰੇਲਰ ਦੀ ਹੋ ਸਰ ਟ੍ਰੇਲਰ ਦੇ ਵਿੱਚ ਕੋਈ ਡਿਫੈਕਟ ਹੈ ਜੇ ਤਾਂ ਕੋਈ ਡਿਫੈਕਟ ਹੈਗਾ ਮਾਰਕ ਕਰ ਦੋ ਜੇ ਨਹੀਂ ਹੈਗਾ ਤਾਂ ਲਿਖ ਦਿਓ ਨੋ ਡਿਫੈਕਟ ਉਨ ਜਦੋਂ ਤੁਸੀਂ ਇਦਾਂ ਕਰਤਾ ਇੱਥੇ ਤੁਸੀਂ ਮਾਰਕ ਕਰਤਾ ਗਿਆ ਮੇਰੀ ਬੈਟਰੀ ਦੀ ਆਹ ਆਹ ਪ੍ਰੋਬਲਮਸ ਹਨ ਇਹਨੂੰ ਤੁਸੀਂ ਕਮੈਂਟ ਕਰਤਾ ਟੇਢਾ ਜਿਹਾ ਤੁਸੀਂ ਕਰਤਾ ਨੋ ਡਿਫੈਕਟ ਤਾਂ ਤੁਸੀਂ ਆਹ ਦਬ ਦੇਣਾ ਸਬਮਿਟ ਵੀ ਆ ਯਾਰ ਜਦੋਂ ਤੁਸੀਂ ਸਬਮਿਟ ਵੀ ਆ ਯਾਰ ਦਬਣਾ ਤੇ ਉਹਨੇ ਇਹ ਚੀਜ਼ ਸਬਮਿਟ ਕਰਦਾਣੀ ਆ ਆਫੀਸ ਨੂੰ ਤੇ ਇਹ ਚੀਜ਼ ਡੀਓਟੀ ਵੀ ਦੇਖ ਸਕਦੀ ਹੈ ਤੇ ਜੇ ਸਾਡਾ ਕੋਈ ਡਿਫੈਕਟ ਨਹੀਂ ਹੈਗਾ ਤਾਂ ਤੁਸੀਂ ਬਸ ਨੋ ਡਿਫੈਕਟ ਕਰਕੇ ਇਹਨੂੰ ਸਬਮਿਟ ਕਰ ਦੇਣਾ ਵੇਖੋ ਡਨ ਹੋ ਗਿਆ ਜੀ ਤੇ ਦੈਟ ਇਜ਼ ਇਟ ਇਹਦਾ ਮਤ ਇਹ ਕਰਨ ਤੇ ਮੈਨੂੰ ਇਹ ਹੋ ਰਿਹਾ ਕਿ ਜਿਹੜਾ ਇਨਸਪੈਕਟਰ ਆ ਉਹ ਆਪਾਂ ਨੂੰ ਦੱਸ ਰਿਹਾ ਹੈ ਸੋਰੀ ਜਿਹੜਾ ਜਿਹੜਾ ਡਰਾਈਵਰ ਇਨਸਪੈਕਟਰ ਨੂੰ ਜਾਂ ਡਿਊਟੀ ਨੂੰ ਜਾਂ ਕੰਪਨੀ ਨੂੰ ਦੱਸ ਰਿਹਾ ਕਿ ਆਹ ਆਹ ਭਾਈ ਇਹਦੇ ਵਿੱਚ ਪ੍ਰੋਬਲਮ ਹੈ ਹੈਗੀਆਂ ਮੇਰੇ ਸ਼ੁਰੂ ਹੋਣ ਤੋਂ ਪਹਿਲਾਂ ਹੁਣ ਇਹ ਕਰਨ ਤੋਂ ਬਾਅਦ ਇੱਕ ਚੀਜ਼ ਹੋਰ ਧਿਆਨ ਦੇ ਦਿਓ ਕਿ ਜੋ ਵੀ ਤੁਹਾਨੂੰ ਜੇ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਤੁਸੀਂ ਨਾਲ ਲੱਗਦਾ ਆਫਿਸ ਵੀ ਕਾਲ ਕਰਦੀਆਂ ਮੇਨਟੇਨੈਂਸ ਟੀਮ ਨੂੰ ਤੇ ਉਹਨਾਂ ਨੂੰ ਦੱਸਣਾ ਹੈ ਕਿ ਸਾਡੇ ਟਰੱਕ 'ਚ ਇਹ ਪ੍ਰੋਬਲਮ ਹੈ ਇਹਨੂੰ ਠੀਕ ਕਰਾ ਦਿਓ ਕਦੇ-ਕਦੇ ਹੁੰਦਾ ਕਿ ਮੈਸੇਜ ਮਿਸ ਹੋ ਜਾਂਦਾ ਮੇਨਟੇਨੈਂਸ ਟੀਮ ਤੋਂ ਤੇ ਇਹ ਡਰਾਈਵਰ ਦੀ ਪ੍ਰੋਬਲਮ ਸੋਲਵ ਨਹੀਂ ਹੁੰਦੀ ਸੋ ਜਦੋਂ ਤੁਸੀਂ ਇਹਨੂੰ ਕੀਤਾ ਜਿਹੜੀ ਪ੍ਰੋਬਲਮ ਆਈ ਹੈ ਨਾ ਲੱਗਦਾ ਸਾਨੂੰ ਫੋਨ ਕਰਕੇ ਜ਼ਰੂਰ ਦੱਸ ਦੋ ਕਿ ਇਹੇ ਚੱਕਰ ਹੈਗਾ ਇਹ ਤਾਂ ਹੋ ਗਿਆ ਜੀ ਆਪਣਾ ਵੀਆਰ ਇਹ ਬਹੁਤ ਜ਼ਰੂਰੀ ਹੈ ਜੀ ਇਹ ਵੀ ਨਾ ਕਰੇ ਤੇ ਵਾਇਲੇਸ਼ਨ ਮਿਲ ਸਕਦੀ ਆ ਹੋਰ ਆਪਣੀ ਜਿਹੜੀ ਬੁੱਕ ਦੇ ਉੱਪਰ ਆਪਸ਼ਨਸ ਹੈਗੀਆਂ ਨੇ ਆਹ ਜਿਹੜਾ ਬਟਨ ਹੈਗਾ ਹੈ ट्रायंगल ਜੇ ਤੁਹਾਡੀ ਕਦੇ ਵੀ ਬੁੱਕ ਵਾਇਲੇਸ਼ਨ ਚ ਗਈ ਆ ਤਾਂ ਇੱਥੇ ਉਹ ਵਾਇਲੇਸ਼ਨ ਲਿਖੀ ਹੋਊਗੀ ਕਿਉਂ ਵਾਇਲੇਸ਼ਨ ਗਈ ਉਹਦਾ ਰੀਜ਼ਨ ਲਿਖਿਆ ਹੋਊਗਾ ਤਾਂ ਤੁਸੀਂ ਇੱਥੇ ਆ ਕੇ ਚੈੱਕ ਕਰ ਸਕਦੇ ਆਂ ਆ ਜਿਹੜੇ ਮੈਸੇਜ ਬਟਨ ਆ ਨਾ ਇਹ ਬਟਨ ਮੈਸੇਜ ਦਾ ਇੱਥੇ ਤੁਹਾਡੀ ਸਕਰੀਨ ਦੇ ਉੱਪਰ ਹਮੇਸ਼ਾ ਸ਼ੋ ਹੋਂਦਾ ਰਹਿੰਦਾ ਹੈ ਇੱਥੇ ਵੀ ਸ਼ੋ ਹੋਊਗਾ ਜਿਵੇਂ ਇਹ ਥੱਲੇ ਲਿਖਿਆ 600 ਮੈਸੇਜ ਇੱਥੇ 6 ਬਣਿਆ ਜਿੱਦਾਂ ਤੁਹਾਡੇ ਫੋਨਾਂ ਦੇ ਵਿੱਚ ਮੈਸੇਜ ਆਪਸ਼ਨ ਹੁੰਦੀ ਹੈ ਜੀ ਸੇਮ ਆ ਇਹ ਇਹਦਾ ਮਤ ਇੱਥੇ ਤੁਹਾਨੂੰ ਉਹ ਮੈਸੇਜ ਦਿਖਣਗੇ ਜਿਹੜੇ ਅਸੀਂ ਕੰਪਨੀ ਵਾਲੇ ਸਾਰੇ ਡਰਾਈਵਰਾਂ ਨੂੰ ਭੇਜਦੇ ਹਾਂ ਹੋ ਸਕਦਾ ਸਾਡੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਅਸੀਂ ਸਾਰਿਆਂ ਨੂੰ ਤੱਕ ਭੇਜਣੀ ਹੋਵੇ ਤੇ ਅਸੀਂ ਇੱਕ ਇੱਕ ਨੂੰ ਫੋਨ ਕਰਕੇ ਨਾਂ ਦੱਸ ਸਕਦੇ ਹੋ ਇਹ ਤਾਂ ਅਸੀਂ ਇੱਥੇ ਉਹਨਾਂ ਨੂੰ ਭੇਜ ਦਾਂਗੇ ਸੋ ਮੇਕ ਸ਼ੁਰ ਕਰੋ ਕਿ ਤੁਹਾਡੇ ਸਾਰੇ ਮੈਸੇਜ ਜਿਹੜੇ ਇਹ ਰੀਡ ਹੋਏ ਹੋਣੇ ਚਾਹੀਦੇ 10 ਕੁ ਦੇ ਭੇਜਿਆ ਹੋਇਆ ਕਿ ਭਾਈ ਆਪਣੀ ਨਵੀਂ ਰਜਿਸਟ੍ਰੇਸ਼ਨਾਂ ਤੇ ਫਾਰਮ ਆਫਿਸ ਤੋਂ ਚੱਕ ਲਵਾ ਕੇ ਇੱਥੇ ਆਪਾਂ ਕੁਝ ਹੋਰ ਦੱਸਿਆ ਹੋਊਗਾ ਵੀ ਅੱਜ ਮੀਂਹ ਜਾਂ ਸਨੋ ਪੈ ਰਹੀ ਆ ਆਈਸੀ ਵੈਦਰ ਇਸ ਕਰਕੇ ਪਲੀਜ਼ ਆਪਣੀ ਡਰਾਈਵ ਸੇਫ ਕਰੋ ਸੋ ਇਦਾਂ ਆਪਾਂ ਡਰਾਈਵਰਾਂ ਨੂੰ ਮੈਸੇਜ ਕਰਦੇ ਰਹਿੰਦੇ ਆ ਇਹਨੂੰ ਪੜੋ ਜੇ ਤੁਹਾਨੂੰ ਕੋਈ ਕੁਐਸਚਨ ਆ ਤੁਸੀਂ ਸਾਨੂੰ ਰਿਪਲਾਈ ਦਬਕੇ ਰਿਪਲਾਈ ਕਰ ਸਕਦੇ ਆ ਜਿਵੇਂ ਤੁਸੀਂ ਆਪਣੇ ਫੋਨ ਤੇ ਯੂਜ਼ ਕਰਦੇ ਆ ਸੇਮ ਚੀਜ਼ ਹੀ ਆ ਜੇ ਤੁਹਾਡੇ ਕੋਲ ਸੈੱਲ ਫੋਨ ਹੈਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਕਿ ਆਪਾਂ ਟੈ ਇਹ ਸੇਮ ਚੀਜ਼ ਆ। ਇਸ ਤੋਂ ਬਾਅਦ ਆਪਣਾ ਮੈਸੇਜੇਸ ਹੋ ਗਏ ਜੀ, ਵਾਇਲੇਸ਼ਨਾਂ ਹੋ ਗਈਆਂ ਤੇ ਹੋਰ ਆਪਾਂ ਤੁਹਾਨੂੰ ਮੈਂ ਐਪਸ ਦਿਖਾ ਦੇਣਾ। ਹਾਂ ਜਦੋਂ ਆਪਾਂ ਅਗਲੇ ਬਟਨ ਤੇ ਜਾਈਏ ਤਾਂ ਆ ਦੇਖੋ ਇੱਥੇ ਡਰਾਈਵਰ ਟ੍ਰੇਨਿੰਗ ਲਿਖਿਆ ਹੋਇਆ। ਜੋ ਕੁਝ ਵੀ ਮੈਂ ਤੁਹਾਨੂੰ ਸਮਝਾਇਆ ਹੁਣ ਉਹਨੂੰ ਇੱਥੇ ਬੁੱਕ ਵਾਲਿਆਂ ਨੇ ਵੀ ਸਮਝਾਇਆ ਹੋਇਆ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਇਹਨੂੰ ਕਲਿੱਕ ਕਰਕੇ ਜਿਹੜੀ ਲੈਂਗੁਏਜ ਚੂਜ਼ ਕਰਕੇ ਆ ਦੇਖੋ ਸਾਰੀ ਚੀਜ਼ਾਂ ਦਾ ਤੁਸੀਂ ਦੇਖੋ ਇੱਥੇ ਮੈਸੇਜਿੰਗ ਬਾਰੇ ਸਾਰਾ ਦੱਸਿਆ ਹੋਇਆ ਆ। ਕੀ ਮੇਕਮੈਂਟ ਚੈੱਕ ਕਰਨਾ ਸਾਰਾ ਕੋਈ ਜਸਿਆ ਹੋਵੇ ਤਾਂ ਤੁਸੀਂ ਇੱਥੇ ਆ ਕੇ ਵੀ ਇੱਕ ਵਾਰੀ ਚੈੱਕ ਕਰ ਸਕਦੇ ਆ। ਹੁਣ ਮੈਂ ਤੁਹਾਨੂੰ ਦੋ ਚੀਜ਼ਾਂ ਹੋਰ ਦੱਸ ਦਿੰਦਾ ਜੀ ਇੱਕ ਤਾਂ ਸਭ ਤੋਂ ਜ਼ਰੂਰੀ ਹੈ ਕਿ ਜਦੋਂ ਵੀ ਆਪਾਂ ਬੁੱਕ ਲੌਗਇਨ ਕਰਦੇ ਆ ਤਾਂ ਆਪਾਂ ਨੂੰ ਮੈਸੇਜ ਆਉਂਦਾ ਹੁੰਦਾ ਕਦੇ-ਕਦੇ ਕਿ ਅਨਸਾਈਨਡ ਡਰਾਈਵਿੰਗ ਰਿਕਾਰਡ ਹੋਈ ਹੈ ਟਰੱਕ ਤੇ। ਅਨਸਾਈਨਡ ਡਰਾਈਵਿੰਗ ਕੀ ਹੁੰਦੀ ਹੈ ਕਿ ਜਦੋਂ ਬੁੱਕ ਤੇ ਕੋਈ ਕਿਸੇ ਨੇ ਲੌਗਇਨ ਨਾ ਕੀਤਾ ਹੋਵੇ ਤੇ ਟਰੱਕ ਚੱਲ ਰਿਹਾ ਹੋਵੇ। ਇਹ ਜਿਹੜੀ ਬੁੱਕ ਹੈ ਸਾਰਾ ਖੁਸ਼ੀ ਹਰੇਕ ਮਾਈਲ ਨੂੰ ਰਿਕਾਰਡ ਕਰੂਗੀ। ਤੇ ਉਹ ਮਾਈਲ ਆਪਾਂ ਨੂੰ ਕਿਸੇ ਨਾ ਕਿਸੇ ਹਿੱਸੇ ਪਾਉਣੀ ਪੈਂਦੀ ਹੈ ਜੇ ਉਹ ਡਰਾਈਵਰ ਨੇ ਬੁੱਕ ਲੌਗ ਇਨ ਕੀਤੀ ਨਹੀਂ ਲੋ ਟਰੱਕ ਚਲਾ ਰਹੇ ਹੋ ਸਭ ਅਨਸਾਈਨ ਡਰਾਈਵਿੰਗ ਦੇ ਰਿਕਾਰਡ ਹੋ ਜਾਊਗਾ ਹੋ ਸਕਦਾ ਤੁਸੀਂ ਇੱਥੇ ਆਪਣਾ ਲੌਗ ਇਨ ਪਾਓ ਤਾਂ ਤੁਹਾਨੂੰ ਮੈਸੇਜ ਆ ਜਾਵੇਗਾ ਕਿ ਅਨਸਾਈਨ ਡਰਾਈਵਿੰਗ ਇਵੈਂਟ ਰਿਕਾਰਡ ਹੋਇਆ ਹੈ ਤਾਂ ਤੁਸੀਂ ਉਹ ਦੇਖਣਾ ਜੇ ਤਾਂ ਉਹ ਡਰਾਈਵ ਜਿਹੜੀ ਹੈਗੀ ਤੁਸੀਂ ਕੀਤੀ ਆ ਤਾਂ ਉਹਨੂੰ ਤੁਸੀਂ ਯੈਸ ਕਰ ਦੇਣਾ ਜੇ ਤੁਸੀਂ ਨਹੀਂ ਕੀਤੀ ਤਾਂ ਉਹਨੂੰ ਨੋ ਕਰ ਦੇਣਾ ਮੋਸਟਲੀ ਇਹ ਨੋ ਹੀ ਹੁੰਦਾ ਹੈ ਕਿਉਂਕਿ ਡਰਾਈਵਰ ਛੁੱਟੀ ਛੱਟੀ ਤੇ ਗਿਆ ਹੁੰਦਾ ਪਿੱਛੇ ਸ਼ਾਪ ਵਾਲੇ ਟਰੱਕ ਯੂਜ਼ ਕਰ ਲੈਂਦੇ ਉਹ ਤੋਂ ਡਰਾਈਵ ਰਿਕਾਰਡ ਹੋ ਜਾਂਦੀ ਹੈ ਉਦੋਂ ਆਪਾਂ ਜਦੋਂ ਆਬਰ ਆਫ ਸਰਵਿਸ ਤੇ ਜਾਣਾ ਇਹਦੇ ਚ ਆਪਾਂ ਨੂੰ ਦੁਬਾਰਾ ਮੈਸੇਜ ਆ ਸਕਦਾ ਹੈ ਸੇਮ ਓਦਾਂ ਹੀ ਕਿ ਇਸ ਅਨਸਾਈਨ ਡਰਾਈਵਿੰਗ ਰਿਕਾਰਡ ਹੋਈ ਹੈ ਤੁਸੀਂ ਇਹਨੂੰ ਕ੍ਰੈਡਿਟ ਕਰੋ ਵਿੱਚ ਜੋ ਕੋਈ ਬੁੱਕ ਤੁਹਾਨੂੰ ਦੱਸ ਰਹੀ ਹੈ ਕਿ ਇਹ ਡਰਾਈਵ ਕ੍ਰੈਡਿਟ ਕਰਨੀ ਚਾਹੁੰਦੇ ਹਾਂ ਤੁਸੀਂ ਕੀਤੀ ਆ ਇਹ ਡਰਾਈਵ ਕਿ ਤੁਸੀਂ ਨਹੀਂ ਕੀਤੀ ਜੇ ਤਾਂ ਤੁਸੀਂ ਕੀਤੀ ਆ ਫਿਰ ਤੁਹਾਨੂੰ ਕ੍ਰੈਡਿਟ ਕਰੋ ਲਾਜ਼ ਦੇ ਹਿਸਾਬ ਨਾਲ ਡੀਓਟੀ ਦੇ ਹਿਸਾਬ ਨਾਲ ਜੇ ਤੁਸੀਂ ਨਹੀਂ ਕੀਤੀ ਉਹ ਡਰਾਈਵ ਤੇ ਤੁਸੀਂ ਸਮਝੋ ਛੁੱਟੀ ਤੇ ਸੀ ਤੇ ਪਿੱਛੇ ਸ਼ਾਪ ਵਗੈਰਾ ਜੇ ਯੂਜ਼ ਹੋਇਆ ਟਰੱਕ ਤੇ ਉਹਨਾਂ ਨੇ ਕੀਤੀ ਤਾਂ ਉਹਨੂੰ ਤੁਸੀਂ ਰਿਜੈਕਟ ਦੱਬਣਾ ਹੈ ਰਿਜੈਕਟ ਦੱਬ ਕੇ ਬੁੱਕ ਤੁਹਾਨੂੰ ਮੈਸੇਜ ਵੀ ਦੇਊਗੀ ਕਿ ਤੁਸੀਂ ਹੁਣ ਕਮੈਂਟ ਪਾਓ ਇਹਦੇ ਵਿੱਚ ਤੇ ਕਮੈਂਟ ਦੇ ਵਿੱਚ ਤੁਸੀਂ ਨਾਰਮਲੀ ਪਾਨਾ ਹੈ ਜੋ ਵੀ ਰੀਜ਼ਨ ਤੁਹਾਨੂੰ ਲੱਗਦਾ ਹੋਇਆ ਹੋਊਗਾ ਜੇ ਤੁਹਾਨੂੰ ਲੱਗਦਾ ਟਰੱਕ ਸ਼ਾਪ 'ਚ ਸੀਗਾ ਤਾਂ ਤੁਸੀਂ ਪਾ ਦਿਓ ਕਮੈਂਟ 'ਚ ਸ਼ਾਟ ਐਟ ਸ਼ਾਪ ਜੇ ਤੁਹਾਨੂੰ ਲੱਗਦਾ ਵੀ ਲੋਕਲ ਡਰਾਈਵਰ ਜਾਂ ਲੋਕਲ ਉਹਦੀ ਕੰਮ ਲਈ ਰੱਕ ਯੂਜ਼ ਹੋ ਰਿਹਾ ਤੁਸੀਂ ਪਾ ਸਕਦੇ ਹੋ ਲੋਕਲ ਡਰਾਈਵਰ ਵਾਸ ਯੂਜ਼ਿੰਗ ਸੋ ਜੋ ਵੀ ਤੁਹਾਨੂੰ ਲੱਗਦਾ ਉਹ ਪਾ ਦਿਓ ਇਦਾਂ ਦਾ ਤੁਹਾਨੂੰ ਮੈਸੇਜ ਆਉਂਦਾ ਹੁੰਦਾ ਇਸ ਤਰ੍ਹਾਂ ਦਾ ਦਿਖਦਾ ਹੁੰਦਾ ਇਦਾਂ ਲਿਖਿਆ ਹੁੰਦਾ ਰਿਵਿਊ অন ਅਸਾਈਨ ਡਰਾਈਵਿੰਗ ਟਾਈਮ ਰਿਜੈਕਟ ਕਰੋ ਜਾਂ ਕਨਫਰਮ ਕਰੋ ਸੋ ਤੁਸੀਂ ਰਿਜੈਕਟ ਜਾਂ ਕਨਫਰਮ ਚੋ ਜੋ ਵੀ ਤੁਹਾਨੂੰ ਲੱਗਦਾ ਜੇ ਤਾਂ ਤੁਸੀਂ ਇਹ ਡਰਾਈਵਾਂ ਕੀਤੀਆਂ ਹੋਣਗੀਆਂ ਤਾਂ ਕਨਫਰਮ ਜੇ ਤੁਸੀਂ ਨਹੀਂ ਕੀਤੀਆਂ ਹੋਗੀਆਂ ਤਾਂ ਰਿਜੈਕਟ ਜੇਕਰ ਤੁਹਾਡੀ ਬੁੱਕ ਖਰਾਬ ਹੋਈ ਆ ਤੇ ਤੁਸੀਂ ਆਪਣੀ ਬੁੱਕ ਨੂੰ ਠੀਕ ਕਰਨਾ ਹੁਣ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਸਰਟੀਫਾਈ ਚ ਜਾਓ ਐਦਾਂ ਨੂੰ ਦੱਬੋ ਐਡਿਟ ਕਰੋ ਤੇ ਕਰ ਲਓ ਇੱਕ ਤਾਂ ਇਹ ਟੰਗਾ ਪਰ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਠੀਕ ਨਹੀਂ ਕਰ ਸਕਦੇ ਤੇ ਆਫਿਸ ਵਾਲਿਆਂ ਨੂੰ ਠੀਕ ਕਰਨੀਆਂ ਪੈਣੀਆਂ ਆ ਸੋ ਉਹਦੇ ਲਈ ਤੁਸੀਂ ਸਰਟੀਫਾਈ ਚ ਜਾ ਕੇ ਪਹਿਲਾਂ ਆਪਣੀ ਬੁੱਕ ਨੂੰ ਸਰਟੀਫਾਈ ਕਰ ਦਿਓ ਜਦੋਂ ਤੁਹਾਡੇ ਸਾਰਿਆਂ ਦੇ ਅੱਗੇ ਹਰੇ ਨਿਸ਼ਾਨ ਆ ਗਏ ਆਫਿਸ ਕਾਲ ਕਰਕੇ ਆਪਣੀ ਪ੍ਰੋਬਲਮ ਦੱਸੋ ਜੇ ਤੁਸੀਂ ਆਫਿਸ ਕਾਲ ਕਰਕੇ ਪ੍ਰੋਬਲਮ ਦੱਸੂਗੇ ਤਾਂ ਆਫਿਸ ਵਾਲੇ ਤੁਹਾਨੂੰ ਆਪਣਾ ਉਹਨੂੰ ਫਿਕਸ ਕਰੂਗੇ ਉਹ ਫਿਕਸ ਕਰਨ ਤੋਂ ਬਾਅਦ ਤੁਹਾਡੀ ਇਹ ਸਕਰੀਨ ਜਦੋਂ ਤੁਸੀਂ ਆਵਰ ਆਫ ਸਰਵਿਸ ਚ ਜਾਉਂਗੇ ਤਾਂ ਇਹਦੇ ਵਿੱਚ ਇੱਕ ਮੈਸੇਜ ਅਪੀਅਰ ਹੋਊਗਾ ਤੁਸੀਂ ਉਹ ਮੈਸੇਜ ਕਿਵੇਂ ਦਾ ਹੈਗਾ ਮੈਂ ਤੁਹਾਨੂੰ ਦਿਖਾ ਦੇਣਾ ਤੇ ਉਹਨੂੰ ਤੁਸੀਂ ਅਕਸੈਪਟ ਕਰਨਾ ਹੈ ਤੇ ਜਿਹੜੇ ਮੈਸੇਜ ਦੀ ਆਪਾਂ ਗੱਲ ਕਰ ਰਹੇ ਸੀਗੇ ਉਹ ਮੈਸੇਜ ਕੁਛ ਕੁਛ ਐਦਾਂ ਦਾ ਲੱਗਦਾ ਮੇਰੇ ਕੋਲ ਐਕਚੁਅਲੀ ਹੁਣ ਬੁੱਕ ਜਿਤਾਉ ਮੈਸੇਜ ਆਉਣਾ ਨਹੀਂ ਕਿਉਂਕਿ ਇਹਦੇ 'ਚ ਮੈਂ ਕੁਝ ਠੀਕ ਕੀਤਾ ਨਹੀਂ ਪਰ ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਤੁਸੀਂ ਜਦੋਂ ਇਹ ਮੈਸੇਜ ਆਇਆ ਤਾਂ ਤੁਸੀਂ ਰਿਵਿਊ ਤੇ ਕਲਿੱਕ ਕਰਨਾ ਜੀ ਜਦੋਂ ਰਿਵਿਊ ਤੇ ਕਲਿੱਕ ਕੀਤਾ ਉਸ ਤੋਂ ਬਾਅਦ ਆਹ ਸਕਰੀਨ ਆ ਜਾਊਗੀ ਇਹ 'ਚ ਦੋ ਆਪਸ਼ਨ ਆਏ ਰਿਜੈਕਟ ਜਾਂ ਕਨਫਰਮ ਥੱਲੇ ਤਾਂ ਤੁਸੀਂ ਕਨਫਰਮ ਤੇ ਕਲਿੱਕ ਕਰ ਦੇਣਾ ਕਨਫਰਮ ਤੇ ਕਲਿੱਕ ਕਰਨ ਤੋਂ ਬਾਅਦ 5-7 ਮਿੰਟ ਵੇਟ ਕਰੋ ਕਨਫਰਮ ਤੇ ਕਲਿੱਕ ਕਰਨ ਤੋਂ ਬਾਅਦ ਤਦ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਡੀਓਟੀ ਦੇ ਜਿਹੜੇ ਆਵਰਸ ਆਉ ਠੀਕ ਹੋ ਗਏ ਸੋ ਜੇ ਇਹ ਮੈਸੇਜ ਸਮਝੋ ਤੁਹਾਨੂੰ ਨਹੀਂ ਆ ਰਿਹਾ ਤਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇੱਕ ਵਾਰੀ ਜਾ ਕੇ ਡਰਾਈਵਰ ਲੌਗਇਨ ਚ ਜਾ ਕੇ ਲੌਗਆਊਟ ਕਰਕੇ ਦੁਬਾਰਾ ਲੌਗਇਨ ਕਰ ਲਓ ਕਦੇ ਕਦੇ ਰਿਸੈਪਸ਼ਨ ਘਟ ਹੁੰਦੀ ਹੈ ਜੇ ਰਿਸੈਪਸ਼ਨ ਆਉਂਦੀ ਹੈ ਤੇ ਮੈਸੇਜ ਪਹੁੰਚਦਾ ਨਹੀਂ ਸੋ ਉਹਦੇ ਨਾਲ ਲੌਗਆਊਟ ਕਰਕੇ ਜਦੋਂ ਲੌਗਇਨ ਕਰਦੇ ਆ ਤੇ ਫਿਰ ਮੈਸੇਜ ਦੁਬਾਰਾ ਆ ਜਾਂਦਾ ਸੋ ਇੱਕ ਵਾਰੀ ਫਿਰ ਤੁਹਾਨੂੰ ਮਾੜਾ ਜਿਹਾ ਓਵਰਵਿਊ ਦੇ ਦਈਏ ਜੀ ਡਰਾਈਵਰ ਲੌਗਇਨ ਚ ਲੌਗਇਨ ਕਰਨਾ ਤੇ ਲੌਗਆਊਟ ਕਰਨਾ ਹੈ ਤੇ ਡਰਾਈਵਰਾਂ ਨੇ ਆਪਣੀ ਸ਼ਿਫਟਾਂ ਚੇਂਜ ਕਰਨੀ ਹੈ। ਲੌਗਇਨ ਕਰਕੇ ਦੂਜੇ ਕੋਡ ਐਪ ਨੂੰ ਐਡ ਕਰਕੇ ਐਡ ਕਰ ਲਿਆ। ਉਸ ਤੋਂ ਬਾਅਦ ਸ਼ਿਫਟ ਚੇਂਜ ਕਰਨੀ ਹੈ ਤੇ ਚੇਂਜ ਬਟਨ ਦਬ ਕੇ ਚੇਂਜ ਕਰ ਲਿਆ। ਓਕੇ ਦੱਬਣਾ ਤੇ ਤੁਸੀਂ ਪਾਸਵਰਡ ਪਾ ਕੇ ਤੁਹਾਡਾ ਚੇਂਜ ਹੋ ਜਾਣਾ। ਉਸ ਤੋਂ ਬਾਅਦ ਆਬਰ ਆਫ ਸਰਵਿਸ ਦੇ ਵਿੱਚ ਆਪਾਂ ਆਪਣੀ ਡਿਊਟੀ ਸੈਟਸ ਚੇਂਜ ਕਰਨੀ ਆ। ਆ ਚੇਂਜ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ। ਤੇ ਬਾਕੀ ਜਿਹੜੀਆਂ ਸਾਰੀਆਂ ਆਪਸ਼ਨ ਸੀਗੀਆਂ ਮੈਂ ਤੁਹਾਨੂੰ ਦੱਸ ਸਕ ਚੁੱਕਿਆ ਆਲਰੇਡੀ। ਤੇ ਜੇ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਆਫਿਸ ਵਿੱਚ ਸਾਡੇ ਨੂੰ ਪੁੱਛ ਸਕਦੇ ਹੋ। ਓਕੇ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ